ਉਹਨਾਂ ਦੇ ਸਰਦਾਰ ਬਦਨ ਸਿੰਘ ਹਮ ਸਰਦਾਰ ਤੀਰ ਸਿੰਘ ਹਮ ਸਰਦਾਰ ਸ਼ਰਮ ਸਿੰਘ ਹਮ ਤੇ ਹੋਰ ਵੀ ਉਹਦੇ ਸੰਨ ਇਹਨਾਂ ਨੇ ਸਾਰਿਆਂ ਨੇ ਮੀਟਿੰਗ ਕੀਤੀ ਔਰ ਇਹ ਪ੍ਰੋਗਰਾਮ ਬਣਾਇਆ ਅਸੀਂ ਨਿਕਲਣਾ ਹੈ ਜਿਸ ਲਈ ਕਾਫਲਾ ਜਾਏਗਾ ਤੋਂ ਦੇ ਵਿੱਚ ਕੋਈ ਅਗਰ ਬੱਚਾ ਰੋਂਦਾ ਹੈ ਜਾਂ ਕਿਸ ਤਰ੍ਹਾਂ ਉਹਨੂੰ ਗਲਾ ਦਬਾਤਾ ਜਾਏ ਤਾਂ ਕਿ ਸਾਰੇ ਨੰਮਰ ਨੂੰ ਇਕੱਲਾ ਹੀ ਮਰੇ ਮੇਰੇ ਮਦਰ ਨੂੰ ਕਿਹਾ ਕਿ ਭੈਣ ਜੀ ਤੁਹਾਨੂੰ ਮੈਂ ਕਿਹਾ ਸੀ ਵੀ ਤੁਸੀਂ ਨਹੀਂ ਨਿਕਲਣਾ ਹਾਂ ਮੈਂ ਤੁਹਾਨੂੰ ਛੱਡ ਕੇ ਆਵਾਂਗਾ ਜਿੱਥੇ ਜਾਣਾ ਤੇ ਫਿਰ ਉਹ ਸਾਨੂੰ ਵਾਪਸ ਪਿੰਡ ਲੈ ਆਏ ਕਿ ساری ਰਾਤ ਸਾਰਾ ਪਿੰਡ ਲੁੱਟਿਆ ਗਿਆ ਠੀਕ ਹੈ ਸਿਰ ਤੁਹਾਡਾ ਘਰ ਬਚਿਆ ਵਾਹ ਅਸੀਂ ਨਹੀਂ ਅਸੀਂ ساری ਰਾਤ ਮੈਂ ਔਰ ਆलम ਬੀਬੀ ਕਿਸੇ ਅਸੀਂ ਬੈਠ ਕੇ تھے ਪੂਰਾ ਮਤੋਂ ਅਧਿਫਾਜ਼ਤ ਕੀਤੀ ਔਰ ਜੋੜੇ ਲੁੱਟਣ ਆਏ ਸਨ ਉਹਨਾਂ ਨੂੰ ਕਿਹਾ ਕਿ ਸਾਰਾ ਪਿੰਡ ਲੁੱਟਰੋ ਪਰ ਇੱਕ ਘਰ ਨਹੀਂ ਲੁੱਟੋ ਠੀਕ ਹੈ ਪਿੰਡ ਦੇ ਵਿੱਚ ਇੱਕ ਅੱਲਾ ਦਿੱਤਾ ਸਾਹਿਬ ਮੈਂ ਚਾਚਾ ਜੀ ਕਹਿੰਦਾ ਸੀ ਹਾਏ ਔਰ ਇੱਕ ਸਾਡੇ ਘਰ ਦੇ ਬਿਲਕੁਲ ਨਾਲ ਰਾਈਆਂ ਦਾ ਘਰ ਸੀ ਰਾਈਆਂ ਦੇ ਘਰ ਦੇ ਵਿੱਚ ਬੜੀ ਅਜੰਦੀ ਸੀ ਜਿਹੜੀ ਲੇਡੀ ਉਹਨੂੰ ਆलम ਬੀਬੀ ਕੇ ਅੰਦਰ ਜਿਹੜੀ ਤੁਹਾਡੇ ਨਾਲ ਰਾਤੀ ਬੈਠੀ ਸੀਗੀ ਸਾਰੀ ਰਾਤ ਤੁਸੀਂ ਕਿਹਾ ਸਾਰੀ ਰਾਤ ਬੈਠੀ ਸੀ ਜੀ 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 ਮਕਾਨ ਦੇ ਕੇ ਅਗਰ ਮੈਨੂੰ ਮੌਕਾ ਮਿਲੇ ਜਾਂਦਾ ਤਾਂ ਮੈਂ ਉਹ ਉਹ ਸਕਰ ਨੂੰ ਜਿਸ ਮੰਦਰ ਨੂੰ ਮੱਥਾ ਟੇਕੀਦਾ ਉਸ ਤੋਂ ਦਸਦਾ ਨਮਰਨ ਜੀ ਸਸੇਕਾਲ ਨੋਸਤੇ ਅਸਲਾਮ ਅਲੈਕੁਮ ਮੈਂ ਤੁਹਾਡਾ ਕੇਸ਼ੂ ਮਲਦਾਨੀ ਅੱਜ ਅ ਪਹਿਲੀ ਵਾਰੀ ਪੰਜਾਬ ਆਇਆ ਕੋਈ ਵੀਡੀਓ ਕਰਨ ਕਿਉਂਕਿ ਉਸ ਤੋਂ ਪਹਿਲੇ ਮੈਂ ਆਪਣੇ ਸੂਬੇ ਦੀ ਕਦੀ ਸਰਹੱਦੀ ਨਹੀਂ ਪਾਰ ਕੀਤੀ ਤੇ ਪੰਜਾਬ ਵੀ ਵੈਸੇ ਗਲਤੀ ਨਾਲ ਹੀ ਆ ਗਿਆ ਐਕਚੁਅਲੀ ਇਹ ਵੀਡੀਓ ਹੋਣਾ ਸੀਗਾ ਹਿਮਾਚਲ ਪ੍ਰਦੇਸ਼ ਉਹਨਾਂ ਵਿੱਚ ਅ ਲੇਕਿਨ ਸਾਡੇ ਬਾਉਜੀ ਅੱਜ ਆਪਣੇ ਬੇਟੀ ਦੇ ਘਰ ਆਏ ਹੋਏ ਨੇ ਤੇ ਮੈਂ ਕਿਹਾ ਜੀ ਐਸੇ ਹੀ ਪਾ ਲੈਂਦੇ ਆ ਤੇ ਬਾਉਜੀ ਦੀ ਕਹਾਣੀ ਬਾਉਜੀ ਦੀ ਸੁਬਾਨੀ ਬਾਉਜੀ ਰਾਮ ਰਾਮ ਜੀ ਰਾਮ ਰਾਮ ਜੀ ਬਹੁਤ ਜੀ ਚਲੀਏ ਗੁਜਰਾ ਵਾਲਾ ਇੱਕ ਵਾਰੀ ਹਾਂ ਹਾਂ ਬਿਲਕੁਲ ਕਿਹੜਾ ਕਿਹੜਾ ਕਿੱਥੇ ਜੰਮੇ ਸੀਗੇ ਅ ਗੁਜਰਾ ਵਾਲਾ ਤੋਂ 4-5 ਕਿਲੋ ਮੀਲ ਤੇ ਹਾਂਜੀ ਇੱਕ ਪਿੰਡ ਸੀ ਬਨੀਆ ਵਾਲਾ ਠੀਕ ਹੈ 4-5 ਮੀਲ ਤੇ ਆ ਠੀਕ ਹੈ ਠੀਕ ਹੈ ਤਾਂ ਬਨੀਆ ਵਾਲਾ ਮੇਰਾ ਜਨਮ ਹੋਇਆ ਸੀ ਹਾਂ ਬਸ ਜਨਮ ਹੋਇਆ ਸੀ ਹੁਣ ਤਰਸ ਰਿਹਾ ਵੀ ਆਪਣੀ ਜਨਮ ਭੂਮੀ ਕਿੱਥੇ ਦੇਖੀ ਕੋਈ ਨਹੀਂ ਤੁਹਾਡੀ ਇਸ ਜਿਹੜੀ ਅੰਦਰ ਪਿਆਸ ਹੈ ਇਸ ਨੂੰ ਅਸੀਂ ਪੁਝਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਵਣਿਆ ਵਾਲਾ ਓਕੇ ਸਭ ਤੋਂ ਪਹਿਲੇ ਆਪਣਾ ਪੂਰਾ ਨਾਮ ਦੱਸਿਓ ਮੇਰਾ ਨਾਮ ਪੂਰਨ ਲਾਲ ਸ਼ਰਮਾ ਠੀਕ ਹੈ ਮੇਰੇ ਪਿਤਾ ਜੀ ਦਾ ਨਾਮ ਪੰਡਤ ਲੱਭਾਮਲ ਹੂੰ ਉਹ ਪੁਲਿਸ ਦੇ ਵਿੱਚ ਹੁੰਦੇ ਸੀ ਓਕੇ ਔਰ ਪਿੰਡ ਦੇ ਵਿੱਚ ਕਿਹੜੇ ਇਲਾਕੇ ਦੇ ਲੋਕ ਉਹਨਾਂ ਨੂੰ ਕਾਫੀ ਅੱਛੀ ਤਰ੍ਹਾਂ ਜਾਣਦੇ ਸੀ ਠੀਕ ਹੈ ਤੇ ਦਾਦਾ ਜੀ ਦਾ ਨਾਮ ਦਾਦਾ ਜੀ ਦਾ ਪੰਡਤ ਗਨਪਤਰਾਏ ਠੀਕ ਹੈ ਅੱਛਾ ਪੁਲਿਸ ਚ ਹੁੰਦੇ ਸੀ ਕਿ ਤੁਹਾਡੇ ਫਾਦਰ ਸਾਹਿਬ ਹਾਂਜੀ ਤੇ ਤੁਸੀਂ ਦਾਦਾ ਜੀ ਦਾ ਨਾਮ ਦੱਸ ਰਹੇ ਹੋ ਪੰਡਿਤ ਗਣਪਤਰਾਏ ਹਾਂ ਜੀ ਇਹ ਕਿਹੜੇ ਵਾਲੇ ਪੰਡਿਤ ਐ ਕਿਹੜੇ ਵਾਲੇ ਸ਼ਰਮਾ ਐ ਪੰਡਤਾਈ ਵਾਲੇ ਪੰਡਿਤ ਐ ਜਾਂ ਕਿਹੜੇ ਐ ਨਹੀਂ ਪੰਡਤਾਈ ਵਾਲੇ ਨਹੀਂ ਸਾਡੇ ਦਾਦਾ ਜੀ ਵੀ ਦੁਕਾਨ ਕਰਦੇ ਸੀ ਔਰ ਪਿਤਾ ਜੀ ਤੇ ਘਰ ਹੈ ਹੀ ਗਵਰਨਮੈਂਟ ਸਰਵਿਸ ਦੇ ਵਿੱਚ ਅੱਛਾ ਤੇ ਆ ਦੋ ਬ੍ਰਾਹਮਣਾਂ ਦੇ ਵਿੱਚ ਦੋ ਆ ਜਾਤਾਂ ਤੇ ਨਹੀਂ ਲੈ ਕੇ ਕਹਿ ਸਕਦੇ ਲੇਕਿਨ ਏਰੀਏ ਦੇ ਹਿਸਾਬ ਨਾਲ ਇੱਕ ਗੋੜ ਹੁੰਦੇ ਇੱਕ ਸਰਸਵਤ ਹੁੰਦੇ ਗੋੜ ਬ੍ਰਾਹਮਣ ਇੱਕ ਸਰਸਵਤ ਬ੍ਰਾਹਮਣ ਜੀ ਤੁਸੀਂ ਕਿਹੜੇ ਅਸੀਂ ਸਰਸਵਤ ਸਰਸਵਤ ਬ੍ਰਾਹਮਣ ਠੀਕ ਹੈ ਉਥੋਂ ਠੀਕ ਹੈ ਠੀਕ ਹੈ ਠੀਕ ਹੈ ਤੇ ਜਿਹੜੇ ਪੂਰਨ لال ਸ਼ਰਮਾ ਜੀ ਜੰਮੇ ਉਹ ਕਿਹੜਾ ਸੰਸੀਗਾ 1937 ਠੀਕ ਹੈ ਐਗਜ਼ੈਕਟ ਮੈਨ ਡੇਟ ਨਹੀਂ ਪਤਾ ਮੇਰੇ ਮਾਤਾ ਜੀ ਵੀ ਇੱਕ ਬਜਾੜਾ ਪੜੇ ਲਿਖੇ ਨਹੀਂ ਸਨ ਤੇ ਉਹ ਦੱਸਦੇ ਹੁੰਦੇ ਸਨ ਕਿ ਬਈ ਫਗੰਨ ਦਾ ਮਹੀਨਾ ਮੰਗਲਵਾਰ ਦਾ ਦਿਨ ਤੇ ਸਵੇਰੇ ਸਵੇਰੇ ਠੀਕ ਹੈ ਪਰ ਬਾਤ ਵੇਲਾ ਅਗਲੇ ਮਹੀਨੇ ਤੁਹਾਡਾ ਜਨਮ ਦਿਨ ਆਉਣ ਵਾਲਾ ਹੈ ਹਾਂ ਤੇ ਮਾਤਾ ਜੀ ਦਾ ਨਾਮ ਨਹੀਂ ਦੱਸਿਆ ਮਾਤਾ ਜੀ ਦਾ ਨਾਮ ਇਕਬਾਲ ਦੇਵੀ ਇਕਬਾਲ ਦੇਵੀ ਇਹ ਕੀ ਕਹਾਣੀ ਹੈ ਇਕਬਾਲ ਦੇਵੀ ਮਤਲਬ ਮੈਂ ਮੈਂ ਇਸ ਲਫ਼ਜ਼ ਦੇ ਨਾਲੋਂ ਕਰ ਰਹੇ ਹਾਂ ਇਹ ਲਫ਼ਜ਼ ਅਸੀਂ ਸਾਡੇ ਪਰਿਵਾਰ ਇਸ ਕਿੱਦਾਂ ਆ ਗਿਆ ਕਿਉਂਕਿ ਸਾਡੇ ਹਿੰਦੂ ਸਾਡੇ ਦੇਵੀ ਤੇ ਨਹੀਂ ਹੁੰਦੇ ਦੇਈ ਕਹਿੰਦੇ ਹਾਂ ਲੇਕਿਨ ਇਕਬਾਲ ਇਕਬਾਲ ਜਿਹੜਾ ਲਬਜ਼ ਹੈ ਮਤਲਬ ਸਾਡੇ ਹਿੰਦੂਆਂ ਦੇ ਵਿੱਚ ਨਹੀਂ ਰੱਖਿਆ ਜਾਂਦਾ ਪੇਕਿਆਂ ਦਾ ਨਾਂ ਜੱਟ ਸੀ ਅਮਰਕੌਰ ਸੀ ਹਾਂ ਅੱਛਾ 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 ਲੇਕਿਨ ਜਿ세 ਸੋਹਰੇ ਆਏ ਤੇ ਉਥੇ ਇਕਬਾਲ ਦੇਵੀ ਠੀਕ ਹੈ ਇਕਬਾਲ ਦੇਈ ਦੇਈ ਲਖੇ ਠੀਕ ਹੈ ਠੀਕ ਚਲੋ ਚਲਦੇ ਹਾਂ ਤੁਹਾਡੇ ਬਚਪਨ ਦੇ ਚ ਧੁੰਦਲਾ ਧੁੰਦਲਾ ਜਾਂ ਜੋ ਵੀ ਪੱਕਾ ਜਿਹਾ ਯਾਦ ਹੈ ਜ਼ਰਾ ਯਾਦ ਕਰੋ ਆ ਕਰਦਾ ਨਕਸ਼ਾ ਜਿੱਥੇ ਤੁਸੀਂ ਚੱਲਣਾ ਫਿਰਨਾ ਸਿੱਖਿਆ ਹਾਂਜੀ ਬਿਲਕੁਲ ਕਿੰਨਾ ਇੱਕ ਵੱਡਾ ਸੀਗਾ ਕਿਤਨੇ ਇੱਕ ਕਮਰੇ ਸੀਗੇ ਕਿਤਨੇ ਇੱਕ ਵਿੜੇ ਦੱਸਿਓ ਜਰਾ ਉਹਦੇ ਵਿੱਚ ਮੇਨ ਗਲੀ ਦੇ ਵਿੱਚ ਸਾਰੇ ਮਕਾਨ ਸੀ ਹਮ ਔਰ ਕਮਰੇ ਦੋ ਕੋਠੜੀਆਂ ਹੁੰਦੀਆਂ ਸੀ ਠੀਕ ਹੈ ਬੈਕ ਸਾਈਡ ਤੇ ਠੀਕ ਹੈ ਉਹ ਦੋ ਕੋਠੜੀਆਂ ਸਨ ਉਹਦੇ ਅੱਗੇ ਪਸਾਰ ਸੀ ਹਾਲ ਕਮਰਾ ਸੀ ਔਰ ਉਹਦੇ ਬਾਅਦ ਕਿਚਨ ਸੀ ਕਿਚਨ ਦੇ ਨਾਲ ਫਿਰ ਇੱਕ ਬੈਠਕ ਸੀ ਅੱਛਾ ਜਿਹੜੀ ਜਿਹਦਾ ਦਰਵਾਜ਼ਾ ਗਲੀ ਚ ਵੀ ਖੁੱਲਦਾ ਸੀ ਤੇ ਵੇੜੇ ਚ ਵੇੜਾ ਸੀ ਵੇੜੇ ਨਾਲ ਕਾ ਲੱਗਾ ਸੀ ਕੋਈ ਨਿੰਮ ਨਮ ਦਾ ਪੇੜ ਵੀ ਸੀ ਨਹੀਂ ਓਕੇ ਇਹ ਪੱਕਾ ਮਕਾਨ ਸੀ ਹਾਂ ਜੀ ਠੀਕ ਹੈ ਪੱਕਾ ਛੋਟੀ ਇਟਾਂ ਦਾ ਬਣਿਆ ਹੋਇਆ ਹੈ ਇਹ ਛੋਟੀ ਚ ਨਹੀਂ ਸੀ ਹਮ ਅ ਵੱਡੇ ਇਟ ਨਹੀਂ ਹੋ ਸਕਦਾ ਠੀਕ ਹੈ ਅ ਇਸ ਕਰਦੇ ਆਸੇ ਪਾਸੇ ਕੋਈ ਇਸ ਤਰ੍ਹਾਂ ਦੀ ਚੀਜ਼ ਜਿਸ ਨੂੰ ਅਸੀਂ ਲੈਂਡਮਾਰਕ ਕਹਿ ਦਈਏ ਤੇ ਕੇਸ਼ੂ ਅਗਰ ਜਾਏ ਤਾਂ इजीली ਕਿਸ ਤਰ੍ਹਾਂ ਪਹੁੰਚ ਜਾਏ ਉਥੇ ਓਕੇ ਕੀ ਕਿਸ ਤਰ੍ਹਾਂ ਪਹੁੰਚੀਏ ਸਾਡੇ ਬਿਲਕੁਲ ਘਰ ਦੇ ਸਾਹਮਣੇ ਇੱਕ ਹੈਪੀ ਟੂ ਮਤਲਬ ਪਿੰਡ ਦਾ ਇੱਕ ਸੈਂਟਰਲ ਪੁਆਇੰਟ ਸੀ ਠੀਕ ਹੈ ਲੇਕਿਨ ਸਾਡੇ ਮਕਾਨ ਦੇ ਬਿਲਕੁਲ ਸਾਹਮਣੇ ਇੱਕ ਕੁੱਲ ਜੀ ਜਗ੍ਹਾ ਹੁੰਦੀ ਸੀ ਮੈਂ ਮੈਦਾਨ ਹੁੰਨ ਕਿਹਾ ਮੈਦਾਨ ਮੈਦਾਨ ਅੱਛਾ ਮੈਦਾਨ ਕਿਹਾ ਜਾਂਦਾ ਠੀਕ ਹੈ ਉਹ ਮੈਦਾਨ ਦੇ ਵਿੱਚ ਉਹ ਬਸੋ ਦੇ ਸਾਹਮਣੇ ਮਕਾਨ ਸਾਹਮਣੇ ਮਕਾਨ ਸੀ ਲੇਕਿਨ ਉਸ ਮਹੱਲੇ ਨੂੰ ਕੀ ਕਹਿੰਦੇ ਸੀਗੇ ਜਿੱਥੇ ਘਰ ਸੀ ਕੋਈ ਮਹੱਲਾ ਨਾਮ ਨਹੀਂ ਅੱਛਾ ਨਾ ਤੇ ਤੇ ਇੱਕ ਅਣਜਾਣ ਬੰਦਾ ਕਿਸ ਤਰ੍ਹਾਂ ਪਹੁੰਚੇਗਾ ਮਸਜਿਦ ਵਾਲੀ ਗਲੀ ਹਾਂ ওই ওই ਮੈਂ ਲੈਂਡਮਾਰਕ ਪੁੱਛ ਰਿਹਾ ਸੀ ਮਸਜਿਦ ਵਾਲੀ ਗਲੀ ਦਾ ਮੈਨੂੰ ਵੀ ਨਹੀਂ ਸੀ ਪਤਾ ਪਿੱਛੇ ਮੇਰੇ ਕੋ 3-4 ਸਾਲ ਹੋ ਗਏ ਨੇ ਆਪਣੇ ਪਿੰਡੇ ਕਿਸੇ ਨਾਲ ਗੱਲ ਹੋਈ ਓਕੇ ਤੇ ਜਿੰਨਾਂ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਬਰਖਰਦਾਰ ਤੈਨੂੰ ਮਸਜਿਦ ਦਾ ਪਤਾ ਹੈ ਮੈਂ ਕਿਹਾ ਜੀ ਹਾਂ ਯਾਰ ਮਸਜਿਦ ਵਾਲੀ ਗਲੀ ਚ ਓਕੇ ਲਓ ਫਿਰ ਤਾਂ ਪੂਰਾ ਕਲੀਅਰ ਹੀ ਹੋ ਗਿਆ ਮੈਨੂੰ ਪਹਿਲੇ ਨਹੀਂ ਸੀ ਪਤਾ ਅੱਛਾ 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 ਤੇ ਆਪਣੇ ਘਰ ਤੋਂ ਤੁਹਾਡਾ ਸਕੂਲ ਕਿੰਨੇ ਦੂਰ ਸੀਗਾ ਘਰ ਤੋਂ ਦੂਰ ਹੀ ਸੀ ਮੇਰੇ ਖਿਆਲ ਇੱਕ ਕਿਲੋਮੀਟਰ ਦਾ ਰਾਮਨਾਲ ਹੋਏਗਾ ਨਾ ਫਾਦਰ ਸਾਹਿਬ ਛੱਡ ਕੇ ਜਾਂਦੇ ਸੀ ਜਾਂ ਆਪੇ ਹੀ ਭੱਜ ਜਾਂਦੇ ਨਹੀਂ ਆਪੇ ਹੀ ਜਾਂਦੇ ਸੀ ਬੱਚੇ ਜਾਂਦੇ ਸੀ ਚਲੋ ਤੁਹਾਡੇ ਪੂਰੇ ਮਹੌਲੇ ਦੇ ਵਿੱਚ ਤੁਹਾਡੇ ਪੂਰੇ ਜਿਹੜਾ ਵੀ ਏਰੀਆ ਸੀਗਾ ਉਸ ਦੇ ਵਿੱਚ ਕਿਹੜੀ ਕਿਹੜੀ ਕਮਿਊਨਿਟੀਜ਼ ਦੇ ਲੋਕ ਰਹਿੰਦੇ ਸੀ ਹਾਂ ਸਾਡੇ ਮੁਸਲਮਾਨ ਵੀ ਰਹਿੰਦੇ ਸੀ ਰਹਿੰਦੇ ਸੀ ਜੱਟ ਵੀ ਰਹਿੰਦੇ ਸਨ ਠੀਕ ਹੈ ਹਿੰਦੂ ਜੱਟ ਅੱਛਾ ਤੇ ਨਾਲ ਸਾਡੇ ਇੱਕ ਜੱਟਾਂ ਦਾ ਵੇੜਾ ਸੀ ਤੇ ਸਾਡੇ ਮਕਾਨ ਦੇ ਇੱਕ ਉਹ ਦੂਜੇ ਪਾਸੇ ਵੀ ਜੱਟ ਸਨ ਮੈਨੂੰ ਉਹਨਾਂ ਦਾ ਨਾਂ ਤੇ ਨਹੀਂ ਪਤਾ ਲੇਕਿਨ ਜੱਟਾਂ ਦੇੜੇ ਤਾਂ ਸਾਰੇ ਨਾਂ ਪਤਾ ਹੈ ਅੱਛਾ ਇਹ Hindu Jatt ਤੁਸੀਂ ਵਰਡ ਇਸਤੇਮਾਲ ਕੀਤਾ Hindu Jatt then Hindu Jatt versus Sikh Jatt ਤੇ Hindu Jatt ਤੇ Sikh Jatt ਦੇ ਵਿੱਚ ਕੀ ਨਹੀਂ ਕੋਈ ਫਰਕ ਨਹੀਂ ਮੇਰੇ ਅਮਾ Hindu ਸਾਡ ਜੱਟ ਨੂੰ ਕਹਿਣਾ ਸਿੱਖ ਜੱਟ ਵੀ ਠੀਕ ਹੈ ਅੱਛਾ ਮਤਲਬ ਇਹ ਪੱਗ ਵਾਲੇ ਸੀਗੇ ਜਿਹੜੇ ਹੋ ਗਏ ਬਿਲਕੁਲ ਸਿੱਖ ਜੱਟ ਸਿੱਖ ਜੱਟ ਓਕੇ ਮੈਨੂੰ ਇੱਕ ਇੱਕ ਵਰਡ ਇਸ ਕਰਕੇ ਉਹ ਲੱਗਦਾ ਹੈ ਮੈਨੂੰ ਕਿ ਨਹੀਂ ਕੋਈ ਨਵਾਂ ਵਰਡ ਹੈ ਹਾਂ ਇਸ ਨੂੰ ਜ਼ਰਾ ਕਲੀਅਰ ਕਰ ਲਈਏ ਹਾਂ ਠੀਕ ਹੈ ਚਲੋ अच्छी ਗੱਲ ਹੈ ਤੇ ਹੁਣ ਜੇ ਗੱਲ ਕਰੀਏ ਤੁਹਾਡੇ ਸਕੂਲ ਦੀ ਸਕੂਲ ਦਾ ਕਿਹੜਾ ਉਸਤਾਦ ਸੀਗਾ ਜਿਹੜਾ ਅਜ ਵੀ ਯਾਦ ਹੈ ਆ ਉਸਤਾਦ ਤੇ ਤਿੰਨ ਚਾਰ ਤਿੰਨ ਚਾਰ ਹੁੰਦੇ ਸੀ ਲੇਕਿਨ ਮੈਨੂੰ ਇੱਕੋ ਹੀ ਨਾਂ ਹੈ ਆ ਸਰਦਾਰ ਹਜ਼ੂਰ ਸਿੰਘ ਅੱਛਾ ਹਜ਼ੂਰ ਸਿੰਘ ਅੜਬੰਗੇ ਇੱਕ ਪਿੰਡ ਹੁੰਦਾ ਸੀ ਠੀਕ ਹੈ ਅੜਬੰਗਿਆਂ ਤੋਂ ਆਂਦੇ ਸਨ ਦੇਲੀ ਹੈਡਮਾਸਟਰ ਸਾਨੂੰ ਠੀਕ ਹੈ ਬਾਕੀ ਜਿਨ੍ਹਾਂ ਕੋਲ ਮੈਂ ਪਹਿਲੇ ਦੂਜੇ ਚ ਪੜਿਆ ਉਹ ਮੈਨੂੰ ਯਾਦ ਨਹੀਂ ਕੋਈ ਗੱਲ ਨਹੀਂ ਯਾਦ ਨਾ ਵੀ ਕਰੋ ਕਿਉਂਕਿ ਆਪਾਂ ਅੱਗੇ ਚੱਲਣਾ ਹੈ ਪਿੱਛੇ ਜਿੰਨਾ ਸੀਗਾ ਮੈਨੂੰ ਬਹੁਤ ਮਿਲ ਗਿਆ ਬਹੁਤ ਮਿਲ ਗਿਆ ਅੱਗੇ ਥੋੜਾ ਹੋਰ ਚੱਲਦੇ ਆਂ ਕਲਾਸ ਦਾ ਜਿਹੜਾ ਐਟਮੋਸਫੇਅਰ ਸੀਗਾ ਜਾਂ ਕਲਾਸ ਦੇ ਵਿੱਚ ਤੁਹਾਡੀ ਸਵੇਰ ਸਵੇਰੇ ਪ੍ਰਾਰਥਨਾ ਜਾਂ ਦੁਆ ਹੁੰਦੀ ਸੀਗੀ ਕੁਝ ਯਾਦ ਨਹੀਂ ਹੈ ਫੋਰਗੇਟ ਇਟ कोई भी नहीं चीज़ चाहिए ओके आ, याद है कि तुम कोई अपनी जिंदगी शादी ब्याह देखा हुए? शादी ब्याह देखे लेकिन मुसलमान नहीं देखे है कोई। अपने देखे है। हाँ देखे अच्छा हाँ। आले हाँ हाँ हाँ। किया होना है ओके याद नहीं है एनीवे वे अगे आइए ਸਕੂਲ ਦੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਦੇ ਗੇਮ ਸੀਗੇ ਸਟੱਡੀ ਕਿਸ ਤਰ੍ਹਾਂ ਦੀ ਸੀਗੀ ਉਰਦੂ ਦਾ ਤਾਂ ਜ਼ੋਰ ਸੀਗਾ ਜ਼ਾਹਿਰ ਜੀ ਗੱਲ ਹੈ ਸਾਡੇ ਇੱਕ ਟੀਚਰ ਹੁੰਦੇ ਸੀ ਪਹਿਲੇ ਜਦੋਂ ਮੈਂ ਪੜਦਾ ਸੀ ਉਹ ਮੁਹੰਮਦਨ ਟੀਚਰ ਸਨ ਹਾਂ ਔਰ ਉਹ ਤੁਰਲੇ ਵਾਲੀ ਪੱਗ ਬੰਨਦੇ ਸੀ ਹਾਂ ਬਿਲਕੁਲ ਬਿਲਕੁਲ ਔਰ ਉਦਦੀ ਲਾਚਾ ਠੀਕ ਹੈ ਬਾਕੀ ਆਂਦੇ ਸਨ ਵਾਹ 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 ਤੇ ਉਹਦੇ ਬਾਅਦ ਫਿਰ ਉਹ ਬਦਲ ਗਏ ਫਿਰ ਉਹਦੇ ਬਾਅਦ ਇੱਕ ਸਰਦਾਰ ਜੀ ਹੋ ਰਾਇਆ ਉਹ ਰੂਪ ਇੱਕ ਪਿੰਡ ਹੈ ਸਾਡੇ ਨਾਲ ਠੀਕ ਹੈ ਉਥੋਂ ਦੇ ਦਾ ਨਾਂ ਨਹੀਂ ਯਾਦ ਨਾਂ ਨਹੀਂ ਯਾਦ ਠੀਕ ਹੈ ਮੈਂ ਤੁਹਾਡੇ ਤੋਂ ਤੁਹਾਡੇ ਸਾਡੇ ਵੱਡਿਆਂ ਦਾ ਨਾਮ ਪੁੱਛ ਲਿਆ ਹਾਂਜੀ ਮੈਨੂੰ ਇਹ ਵੀ ਦੱਸ ਦਿਓ ਤੁਹਾਡੇ ਛੋਟੇ ਵੱਡੇ ਭੈਣ ਭਰਾਵਾਂ ਦੇ ਵੀ ਇੱਕ ਵਾਰੀ ਨਾਂ ਹਾਂਜੀ ਮੇਰੇ ਭੈਣ ਭਰਾ ਕੋਈ ਨਹੀਂ ਸਰ ਠੀਕ ਹੈ ਨਾ ਕੋਈ ਪ੍ਰਾਛੀਤ ਨਾ ਕੋਈ ਭੈਣ ਮੇਰੇ ਪਿਤਾ ਜੀ ਦੇ ਦੋ ਪੈਣਾ ਸਨ ਠੀਕ ਹੈ ਇੱਕ ਗੁਜਰਾਵਾਲਾ ਦੇ ਵਿੱਚ ਮੁਰਾਲੀਵਾਲਾ ਜਗਾ ਠੀਕ ਹੈ ਜਿੱਥੇ ਦੇ ਸਵਾਮੀ ਰਾਮ ਤੇ ਰਥਵੇਂ ਅੱਛਾ ਜੀ ਉੱਥੇ ਉੱਥੇ ਸਭਿਆਏ ਸਨ ਤੇ ਇੱਕ ਮੇਰੀ ਭੂਆ ਆ ਨੈਰਾ ਪਰਚਨਾਬ ਦੇ ਉੱਪਰ ਇੱਕ ਸਿੱਚਰ ਵਾਲੀ ਪਿੰਡ ਸੀ ਸਨਾਬ ਦਾ ਨਾਮ ਸੁਣ ਕੇ ਕੁਝ ਹੁੰਦਾ ਹੈ ਹਾਂ ਤਾਂ ਉਹਦੇ ਉਹ ਉਹ ਸਿੱਚਰ ਵਾਲੀ ਬਸ ਇਹ ਰਿਸ਼ਤੇਦਾਰ ਸਨ ਅੱਛਾ ਬਾਕੀ ਮੇਰੇ ਨਾਨਕੇ ਸਨ ਤਲੁੰਡੀ ਰਾਵ ਵਾਲੀ ਗੁਜਰਾਂ ਵਾਲਾ ਤੋਂ ਜਿਹੜੀ ਵਜ਼ੀਰਾਬਾਦ ਨੂੰ ਸੜਕ ਗਈ ਟ੍ਰੇਨ ਵੀ ਸੜਕ ਵੀ ਗਈ ਔਰ ਰੇਲ ਲਾਈਨ ਵੀ ਗਈ ਉਹਦੇ ਤੇ ਪਹਿਲਾ ਸਟੇਸ਼ਨ ਸੀ ਗੁਜਰਾਂ ਵਾਲਾ ਤੋਂ ਤਲੁੰਡੀ ਰਾਵ ਵਾਲੀ ਉੱਥੇ ਮੇਰੇ ਨਾਨਕੇ ਸਨ ਠੀਕ ਹੈ ਅੱਛਾ ਮਤਲਬ ਨਾਨਕੇ ਕੋਲ ਕੁ ਜਾ ਕੇ ਕਦੀ ਗਰਮੀ ਦੀ ਛੁੱਟੀਆਂ ਵੀ ਬਿਤਾਈਆਂ ਹਾਂ ਹਾਂ ਬਹੁਤ ਅੱਛਾ ਕਿਉਂਕਿ ਪਿਤਾ ਜੀ ਨਹੀਂ ਰਹੇ ਸੀ ਤੇ ਮੇਰਾ ਜ਼ਿਆਦਾ ਟਾਈਮ ਜਿਹੜਾ ਭੂਆ ਜੀ ਕੋਲ ਵੀ ਨਿਕਲਦਾ ਤਾਂ ਸੀ ਨਾਨਕੇ ਵੀ ਨਿਕਲਦਾ ਸੀ ਠੀਕ ਹੈ ਕਿਉਂਕਿ ਉਹ ਫਿਰ ਇਕੱਲੇ ਹੋਣ ਦੇ ਨਾਲ ਲੈ ਜਾਂਦੇ ਸਨ ਫਿਰ ਉੱਥੇ ਜ਼ਿਆਦਾ ਟਾਈਮ ਨਿਕਲਦਾ ਅੱਛੀ ਗੱਲ ਹੈ ਕਿਉਂਕਿ ਜਿਹੜੀ ਗਰਮੀ ਦੀ ਛੁੱਟੀਆਂ ਇਸ ਆਪਾਂ ਸੁਣਦੇ ਆ ਆਪਾਂ ਖੁਦ ਵੀ ਗਏ ਆ ਕਿ ਨਾਨਕੇ ਤੋਂ ਵਧੀਆ ਕੋਈ ਥਾਂ ਹੈ ਨਹੀਂ ਬਿਲਕੁਲ ਬਿਲਕੁਲ ਤੇ ਉੱਥੇ ਜਾ ਕੇ ਤੁਹਾਨੂੰ ਕੋਈ ਆਪਣੇ ਹੋਰ ਨਾਨਕੇ ਆਦੇ ਮਤਲਬ ਮਾਸੀ ਦੇ ਜਾਂ ਇਸ ਤਰ੍ਹਾਂ ਦੇ ਰਿਸ਼ਤੇਦਾਰ ਬੱਚੇ ਹੋਰ ਮਿਲਦੇ ਜੀਏ ਨਾਨਕੇ ਸੰਦੀ ਮੇਰੇ ਹਾਂ ਇਹ ਮੇਰੇ ਲਾਨਾ ਜੀ ਮਤਲਬ ਮੇਰੇ ਮਾਤਾ ਜੀ ਦੇ ਮਾਮਾ ਜੀ ਉਹਨਾਂ ਦਾ ਨਾਸੀ ਪੰਡਤ ਗੋਪਾਲ ਦਾਸ ਠੀਕ ਹੈ ਲੇਕਿਨ ਆਪਰੇ ਏਰੀਏ ਦੇ ਵਿੱਚ ਉਹ ਮਸ਼ਹੂਰ ਸਨ ਗੋਪਾਲ ਸ਼ਾ ਸ਼ਾ ਅੱਛਾ ਤੇ ਉਹਨਾਂ ਦਾ ਕਾਫੀ ਆਲੇ ਦੋਲੇ ਪਿੰਡਾਂ ਦੇ ਵਿੱਚ ਨਾ ਸੀ ਕਾਫੀ ਨਾ ਸੀ ਔਰ ਉਹਨਾਂ ਦੀ ਸੋਸਾਇਟੀ ਵੀ ਪਿੰਡ ਦੇ ਵਿੱਚ ਇੱਕ ਇੱਕ ਰਹੀਮ ਪਹਿਲਵਾਨ ਹੁੰਦਾ ਸੀ ਠੀਕ ਹੈ ਬੜਾ ਵਿਚਾਰ ਨਾਮ ਸੀ ਉਹਨਾਂ ਦਾ ਵੀ ਜੀ ਤੇ ਇੱਕੋ ਇੱਕ ਨੰਬਰ ਦਾ ਹੁੰਦੇ ਸਰਦਾਰ ਰਜਿੰਦਰ ਸਿੰਘ ਇਹਨਾਂ ਤਿੰਨਾਂ ਦਾ ਜੋੜ ਹੁੰਦਾ ਸੀ ਓਕੇ ਜਦੋਂ 47 ਦੇ ਵਿੱਚ ਪਾਰਟੀਸ਼ਨ ਵੀ ਹੋ ਗਈ ਹਾਂ ਫੇਰ ਵੀ ਇਹ ਬਾਰਡਰ ਦੇ ਉੱਤੇ ਜਾ ਕੇ ਮਿਲਦੇ ਹੁੰਦੇ ਸਾਂ ਕਿਆ ਬਾਤ ਹੈ ਅੱਛਾ ਐਵੇਂ ਮਿਲਦੇ ਅ 47 ਦਾ ਜ਼ਿਕਰ ਹੋ ਚੁਲੇ ਤੇ ਅਸੀਂ ਇੱਕ ਬ੍ਰੇਕ ਕਰ ਲੈਨੇ ਆਂ ਦਨ ਆਪਾਂ 47 ਤੇ ਆਣਾ ਮੁਸਲਮਾਨ ਲੋਕ ਘੱਟ ਸੀ ਅੱਛਾ ਦਸ ਇਸ ਇਲਾਕੇ ਸੇ ਅਸੀਂ ਰਹਿੰਦੇ ਸੀ ਤੇ ਵੈਸੇ ਸਾਡੇ ਗਵਾੜ ਦੀ ਤਾਜ਼ੀਆ ਨਿਕਲਦਾ ਸੀ ਤੇ ਤਾਜ਼ੀਆ ਸਾਡੇ ਗਲੀ ਦੇ ਵਿੱਚੋਂ ਨਿਕਲ ਕੇ ਸ਼ਹਿਰ ਨੂੰ ਜਾਂਦਾ ਸੀ ਮੈਂ ਸੁਣਿਆ ਉੱਥੇ ਤੁਸੀਂ ਬੜੀਆਂ ਮਲਾਈਆਂ ਖਾਦੀਆਂ ਬਿਲਕੁਲ ਖਾਦੀਆਂ ਵਿਚੰਦੇ ਆ ਹਾਂ ਅੱਥੇ ਅਸੀਂ ਗੈਰ ਮੱਲਿਆਂ ਚ ਦੇਖਿਆ ਉਹਨਾਂ ਵਿਚਾਰਿਆਂ ਦੇ ਵੀ ਰੋਟੀਆਂ ਤਵੇ ਤੇ ਪਈਆਂ ਮੁਸਲਮਾਨਾਂ ਦੀਆਂ ਤੇ ਨੱਠੇ ਅੱਛਾ ਇੱਥੋਂ ਤੇ ਘਰ ਵਿਲੇ ਪੈਂ ਅੱਛਾ ਜਿੱਦਾਂ ਅਸੀਂ ਨੱਠੇ ਉੱਡਾ ਉਹ ਨੱਠੇ ਉਹਨਾਂ ਦਾ ਵੀ ਇੱਥੇ ਕੰਪ ਬਣਿਆ ਸੀ ਕੀ ਨਾਮ ਨਾਲ ਛੋਣੀ ਮਾਲਾ ਜਿਨ੍ਹਾਂ ਜਿਨ੍ਹਾਂ ਨੂੰ ਬਣਾ ਦਿੰਦੇ ਤੇ ਖਾਪਖਾਨਾ ਹੋਣਾ ਹੀ ਨਹੀਂ ਸੀ ਐ ਨਹਿਰੂ ਨੇ ਪ੍ਰਧਾਨ ਮੰਤਰੀ ਲੈਣੇ ਸਾਰਾ ਨਾਸ ਕੀਤਾ ਤੇ ਗਾਂਧੀ ਨੇ ਨਾਸ ਦੱਸੋ ਊਠ ਦਾਦੀ ਨੇ ਦੱਸਿਆ ਸੀ ਜੀ ਮੈਨੂੰ ਕੀ ਊਠ ਦੇ ਉੱਤੇ ਹਾਂ ਉਹ ਖਚਾਵੇ ਹੈ ਮੈਂ ਕਈ ਵਾਰ ਉਹਨਾਂ ਨੂੰ ਖੱਪ ਵੀ ਬੰਦਾ ਸੀ ਦਾਦੀ ਕਿਦਾਂ ਆਪਾਂ ਬੇਬੇ ਕਿਦਾਂ ਉਹ ਹੈ ਦਾਦੀ ਮੈਂ ਕਹਿੰਦਾ ਢੋਲੀ ਕਿੱਥੇ ਕਹਿੰਦੀ ਮੇਰੀ ਢੋਲੀ ਆਈ ਸੀ ਕਚਾਹਾਂ ਤੇ ਆਈ ਹੈ ਚਾਹਾਂ ਤੇ ਆਈ ਹੈ ਕਚਾਹਾਂ ਤੇ ਆਈ ਹੈ ਮੇਰੀ ਢੋਲੀ ਯਾਦ ਕਰੋ ਕਿ ਕੀ ਹੋਇਆ ਸੀਗਾ ਕੀ ਕਰ ਰਹੇ ਸੀਗੇ ਕਿ ਤੁਹਾਡੇ ਫਾਦਰ ਸਾਹਿਬ ਨੇ ਇਹ ਤੁਹਾਡੇ ਦਾਦਾ ਜੀ ਨੇ ਪਲੈਨਿੰਗ ਕਰ ਰੱਖੀ ਸੀ ਕਿ ਤੇ ਬੱਚਿਆਂ ਨੂੰ ਐ ਕਿਹਾ ਕਿ ਕਰੋ ਪੈਕਿੰਗ ਨਿਕਲਣਾ ਹੈ ਮਾਹੌਲ ਕਿਸ ਤਰ੍ਹਾਂ ਖਰਾਬ ਹੋ ਚੁੱਕਿਆ ਸੀ ਹਾਂਜੀ ਮੇਰੇ ਪਿਤਾ ਜੀ ਦੀ ਡੈਥ ਤਾਂ ਹੋ ਗਈ ਸੀ 39 ਐਂ ਅੱਛਾ ਰੀਜ਼ਨ ਪਾਕਿਸਤਾਨ ਬਣਨ ਤੋਂ ਪਹਿਲੇ ਅੱਛਾ ਕੋਈ ਬਿਮਾਰ ਹੋਏ ਸਨ ਕਿ ਨਮੂਨੀਆਂ ਵਗੈਰਾ ਹੋਇਆ ਸੀ ਉਹ ਉਹਨੇ ਡੈਥ ਹੋ ਗਈ ਸੀ ਉਹ 39 ਤੇ ਦਾਦਾ ਜੀ ਤੋਂ ਉਸ ਤੋਂ ਪਹਿਲੇ ਹਾਂ ਉਹ ਵੈਸੇ ਇਸ ਵਾਸਤੇ ਮੈਨੂੰ ਦਾਦਾ ਜੀ ਦਾ ਪਿਤਾ ਜੀ ਦੇ ਸ਼ਕਲ ਵੀ ਨਹੀਂ ਯਾਦ ਠੀਕ ਹੈ ਤੇ ਫਿਰ ਕਿਸ ਤਰ੍ਹਾਂ 47 ਦਾ ਜਿਹੜਾ ਫੇਸ ਸੀਗਾ ਹਾਂਜੀ ਉਹ ਕਿੱਦਾਂ ਪਤਾ ਲੱਗਿਆ ਕਿਵੇਂ ਨਿਕਲੇ ਮਾਹੌਲ ਕਿਸ ਤਰ੍ਹਾਂ ਦਾ ਹਾਂ ਉਹ ਜ਼ਰਾ ਦੱਸਿਓ ਪਿੰਡ ਦੇ ਜਿਹੜੇ ਲੋਕ ਸਨ ਹਾਂ ਜਿਹੜੇ ਆਗੂ ਸਨ ਹਾਂ ਉਹ ਜਾਗਰੂਕ ਤੇ ਸਨ ਇਹ ਹਾਲਾਤ ਦੇ ਬਾਰੇ ਜੀ ਤੇ ਉਹਨਾਂ ਨੇ ਇੱਕ ਦਿਨ ਮੀਟਿੰਗ ਕੀਤੀ ਹਮ ਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਨਿਕਲਣਾ ਹੁਣ ਹੁਣ ਹਾਲਾਤ ਨਹੀਂ ਐ ਕੁਐਸੀ ਤੇ ਰਹੀ ਹੈ ਹਮ ਤੇ ਪਿੰਡ ਦੇ ਜਿਹੜੇ ਸਾਡੇ ਸਰਦਾਰ ਕਾਫੀ ਹਮ ਆ ਹੁੰਦੇ ਸੀ ਉਹਨਾਂ ਚ ਸਰਦਾਰ ਬਦਨ ਸਿੰਘ ਹਮ ਸਰਦਾਰ ਤੀਰ ਸਿੰਘ ਹਮ ਸਰਦਾਰ ਸ਼ਰਮ ਸਿੰਘ ਹਮ ਤੇ ਹੋਰ ਵੀ ਹੁੰਦੇ ਸਨ ਇਹਨਾਂ ਨੇ ਸਾਰੇ ਨੇ ਮੀਟਿੰਗ ਕੀਤੀ ਔਰ ਇਹ ਪ੍ਰੋਗਰਾਮ ਬਣਾਏ ਅਸੀਂ ਨਿਕਲਣਾ ਹੈ ਇਸ ਟਾਈਮ ਆਪਣੇ ਪਰਿਵਾਰ ਦੇ ਵਿੱਚ ਕੋਨ ਕੋਨ ਸੀਗਾ ਜਿੱਦਾਂ ਪਾਪਾ ਜੀ ਤੁਹਾਡੇ ਚਲੇ ਗਏ ਸੀ ਦਾਦਾ ਜੀ ਮੈਂ ਔਰ ਮੇਰੇ ਮਾਤਾ ਜੀ ਬਸ ਓਹੋ ਅੱਛਾ ਤੇ ਭੂਇਆਂ ਉਸ ਪਾਸੇ ਕੁੜੀਆਂ ਤਾਂ ਆਪਣੇ ਕੋਲ ਅੱਛਾ ਅੱਛਾ ਭੂਇਆਂ ਹੀ ਹੋਈ ਸੀ ਗਿਆ ਭੂਇਆਂ ਤੁਹਾਡੀਆਂ ਮੇਰੀ ਪੂਆ ਹਾਂ ਪੂਆ ਪੂਆ ਤੁਹਾਡੇ ਵਿਆਹੀ ਹੋਈ ਸੀ ਕੁੜੀਆਂ ਕੋਈ ਨਹੀਂ ਸੀ ਮੇਰੀ ਭੈਣ ਕੋਈ ਨਹੀਂ ਜੀ ਜੀ ਤੁਸੀਂ ਦੱਸਿਆ अच्छा ਤੁਸੀਂ ਤੇ ਤੁਸੀਂ ਮਾਤਾ ਜੀ ਨੇ ਪਤਾ ਲੱਗ ਗਿਆ ਕਿ ਹਾਂਜੀ ਇੱਕ ਮੀਟਿੰਗ ਹੋਈ ਹੈ ਹਾਂ ਤੇ ਇਹਨਾਂ ਸਾਰਿਆਂ ਨੇ ਪਲਾਨ ਕਰ ਲਿਆ ਹਾਂਜੀ ਕਿ ਅਸੀਂ ਨਿਕਲਣਾ ਹੈ ਹਾਂਜੀ ਉਹ ਫਿਰ ਆਪਣੇ ਪ੍ਰੋਗਰਾਮ ਦੇ ਮੁਤਾਬਕ ਆ ਨਿਕਲੇ ਔਰ ਉਹ ਜੋ ਜ਼ਰੂਰੀ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ ਗਨਸ ਵਗੈਰਾ ਇਹ ਉਹ ਸਾਰਾ ਕੁਝ ਹੋਣਾ ਨੇ ਹਾਂ ਹਾਂ ਨਾਲ ਲੈ ਲਿਆ ਔਰ ਰਾਤ ਨੂੰ ਨਿਕਲਣ ਦਾ ਪ੍ਰੋਗਰਾਮ ਬਣਾਇਆ ਕੋਈ 8:30 ਵਜੇ ਜਨੇਰਾ ਪਹਿਲਾਂ ਤੇ ਉਹਨਾਂ ਦੇ ਨਿਕਲਣ ਦੀ ਸੂਚਨਾ ਜਿਹੜੀ ਸੀ ਉਹ ਵੀ ਲੀਕ ਹੋ ਗਈ ਔਰ ਕਿਸੇ ਨੇ ਇਨਫੋਰਮ ਵੀ ਕੀਤਾ ਗੁਜਰਾਵਾਲਾ ਦੇ ਵਿੱਚ ਕਿ ਇਹ ਪਿੰਡ ਵੱਲ ਨਿਕਲ ਰਹੇ ਨੇ ਇਹ ਇਨਫੋਰਮ 네ਗੇਟਿਵਲੀ ਕੀਤਾ ਕਿ ਨਹੀਂ 네ਗੇਟਿਵਲੀ ਅੱਛਾ 네ਗੇਟਿਵਲੀ ਉਹ ਫਿਰ ਜਿਹੜੀ ਸੜਕ ਵਿੱਚੋਂ ਕ੍ਰਾਸ ਕਰਨੀ ਸੀ ਹੂੰ ਹੂੰ ਉਹਦੇ ਸੜਕ ਦੇ ਦੂਸਰੇ ਪਾਸੇ ਜਾਣਾ ਸੀ ਤੇ ਉਹ ਉਹ ਗਏ ਬਲਕਿ ਇਹ ਵੀ ਹੋਇਆ ਕਿ ਬਈ ਜਿਸ ਵੇਲੇ ਕਾਫਲਾ ਜਾਏਗਾ ਤੋਂ ਦੇ ਵਿੱਚ ਕੋਈ ਅਗਰ ਬੱਚਾ ਰੋਂਦਾ ਹੈ ਜਾਂ ਕਿਸ ਤਰ੍ਹਾਂ ਉਹਨੂੰ ਗਲਾ ਦਬਾਤਾ ਜਾਏ ਤਾਂ ਕਿ ਸਾਰੇ ਨੰਮਰਾਂ ਨੂੰ ਇਕੱਲਾ ਹੀ ਮਰੇ ਇਹ ਪਲਾਨ ਸੀਗਾ ਇਹ ਪਲਾਨ ਕਿ ਇਹ ਅਨਾਉਂਸਮੈਂਟ ਹੋ ਚੁੱਕੀ ਸੀ ਕਿ ਖੁਸ਼ਦੂਸ ਅਰੇਂਜ ਕੀਜੀ ਇਸ ਤਰ੍ਹਾਂ ਕੋ ਛੋਏਗਾ ਤਾਂ ਇਹ ਚੀਜ਼ ਕਰਨੀ ਹੈ ਓਕੇ ਬਿਲਕੁਲ ਔਰ ਉਹ ਕਾਫਲਾ ਚਲਾ ਗਿਆ ਸਾਨੂੰ ਨਹੀਂ ਪਤਾ ਲੱਗਾ ਠੀਕ ਹੈ ਵੀ ਕਾਫਲਾ ਗਿਆ ਕਿ ਨਹੀਂ ਠੀਕ ਹੈ ਕੋ ਘਰ ਦੇ ਵਿੱਚ ਕੋਈ ਵੱਡਾ ਆਦਮੀ ਨਹੀਂ ਸੀ ਨਾ ਹੋ ਕੇ ਮੀਟਿੰਗ ਦੇ ਵਿੱਚ ਗਿਆ ਸੀ ਤੇ ਸਾਰਾ ਪਿੰਡ ਚਲਾ ਗਿਆ ਅਸੀਂ ਰਹਿ ਗਏ ਅਸੀਂ ਵੀ ਰਹਿ ਗਏ ਤਿੰਨ ਚਾਰ ਘਾਟ ਹੋਰ ਵੀ ਰਹਿ ਗਏ ਠੀਕ ਹੈ ਅੱਛਾ ਬ੍ਰਾਹਮਣਾ ਦੇ ਸਾਹ ਤੇ ਅਸੀਂ ਪਤਾ ਲੱਗਾ ਕਿ ਬਈ ਉਹ ਗਏ ਨੇ ਤੇ ਅਸੀਂ ਵੀ ਫਿਰ ਉਹਨਾਂ ਦੇ ਪਿੱਛੇ ਕੋਸ਼ਿਸ਼ ਕੀਤੀ ਯਾਰ ਨੇ ਓਕੇ ਤੇ ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਤੇ ਪਿੰਡ ਤੋਂ 2 ਕਿਲੋਮੀਟਰ ਬਾਹਰ ਨਿਕਲ ਕੇ ਤੇ ਖੂਸੀ ਹੂੰ ਖੂਤੇ ਸੀ ਪਹੁੰਚ ਗਏ ਤੇ ਖੂਤੇ ਹੀ ਰਾਤ ਰਹਿ ਅਸੀਂ ਇਹ ਖੂ ਆਪਣੇ ਪਿੰਡ ਦੇ ਨਾਲ ਸੀਗਾ ਹਾਂ ਜੀ ਖੂ ਦਾ ਨਾਂ ਨਹੀਂ ਯਾਰ ਓਕੇ ਉੱਥੇ ਰਾਤ ਬਿਤਾਈ ਹਾਂ ਜੀ ਉੱਥੇ ਰਾਤ ਬਿਤਾਈ ਔਰ ਪਿੰਡ ਦੇ ਵਿੱਚ ਇੱਕ ਲੱਗ ਅੱਲਾ ਦਿੱਤਾ ਸਾਫ ਸਾ ਠੀਕ ਹੈ ਉਹ ਮੇਰੇ ਫਾਦਰ ਦੇ ਦੋਸਤ ਸਨ ਓਕੇ ਪਰ ਉਹਨਾਂ ਨੇ ਪੂਰੀ ਦੋਸਤੀ ਨਿਭਾਈ ਉਹ ਸਾਰੇ ਮੇਰੀਆਂ ਅੱਖਾਂ 'ਚੋਂ ਅੱਥੂ ਆ ਗਏ ਉਹਨਾਂ ਨੂੰ ਯਾਦ ਕਰਕੇ ਹਮੇਸ਼ਾ ਜਾਂਦੇ ਮੈਂ ਸਮਝ ਗਿਆ ਤੇ ਉਹਨਾਂ ਨੇ ਫਿਰ ਸਾਡਾ ਪਿੱਛਾ ਕੀਤਾ ਅੱਛਾ ਕਿ ਸਾਰੇ ਜਲੇ ਨੇ ਉਹ ਚਲੇ ਗਏ ਨੇ ਕੋਈ ਫੈਮਿਲੀ ਦੇ ਵਿੱਚ ਮੈਂਬਰ ਮੇਲ ਮੈਂਬਰਸ ਵੀ ਹੈ ਨਾ ਲੇਕਿਨ ਸਾਨੂੰ ਲੱਭਦੇ ਲੱਭਦੇ ਉਸ ਖੂਤੇ ਪਹੁੰਚ ਗਏ ਪਹੁੰਚ ਗਏ ਅੱਛਾ ਵਾਹ ਉੱਥੇ ਕਿ ਉਹਨੇ ਮੇਰੀ ਮਦਰ ਨੂੰ ਕਿਹਾ ਕਿ ਭੈਣ ਜੀ ਤੁਹਾਨੂੰ ਮੈਂ ਕਿਹਾ ਸੀ ਵੀ ਤੁਸੀਂ ਨਹੀਂ ਨਿਕਲਣਾ ਹਾਂ ਮੈਂ ਤੁਹਾਨੂੰ ਛੱਡ ਕੇ ਆਵਾਂਗਾ ਜਿੱਥੇ ਜਾਣਾ ਤੇ ਫਿਰ ਉਹ ਸਾਨੂੰ ਵਾਪਸ ਪਿੰਡ ਲੈ ਆਏ ਕਿ ਸਾਰੀ ਰਾਤ ਸਾਰਾ ਪਿੰਡ ਲੁੱਟਿਆ ਗਿਆ ਠੀਕ ਹੈ ਸਿਰ ਤੁਹਾਡਾ ਘਰ ਬਚਿਆ ਵਾਹ ਅਸੀਂ ਨਹੀਂ ਅਸੀਂ ਸਾਰੀ ਰਾਤ ਮੈਂ ਔਰ ਆलम ਬੀਬੀ ਕਿਸੇ ਅਸੀਂ ਬੈਠ ਕੇ تھے ਪੂਰਾ ਮਤੋਂ ਅਧਿਫਾਜ਼ਤ ਕੀਤੀ ਔਰ ਜੋੜੇ ਲੁੱਟਣ ਆਏ ਸਨ ਉਹਨਾਂ ਨੂੰ ਕਿਹਾ ਕਿ ਸਾਰਾ ਪਿੰਡ ਲੁੱਟ ਰੋ ਪਰ ਇੱਕ ਘਰ ਨੇ ਲੁੱਟਣਾ ਠੀਕ ਹੈ ਤੇ ਉਹ ਫਿਰ ਘਾਰੇ ਤੇ ਸਾਨੂੰ ਉਹ ਘਰ ਦੇ ਵਿੱਚ ਤੇ ਅੱਲਾਹ ਦਿੱਤਾ ਸਾਹਿਬ ਜਿਹੜੇ ਸਨ ਇਹ ਤੁਹਾਡੇ ਫਾਦਰ ਸਾਹਿਬ ਦੇ ਦੋਸਤ ਸਨ ਦੋਸਤ ਸਨ ਵਾ 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 ਇਹ ਉੱਥੇ ਡਾਕਨ ਨੇ ਚ ਗੁਜਰਾ ਵਾਲਾ ਕੰਮ ਕਰਦੇ ਅੱਛਾ ਦੈਨ ਤੁਸੀਂ ਨਹੀਂ ਗਏ ਚਾਰ-ਪੰਜ ਪਰਿਵਾਰ ਹੋਰ ਵੀ ਨਹੀਂ ਗਏ ਪੂਰਾ ਜੱਥਾ ਜਿਹੜਾ ਇੱਕ ਦਿਨ ਪਹਿਲੇ ਨਿਕਲਿਆ ਸੀਗਾ ਸਵੇਰੇ ਨਿਕਲਿਆ ਸੀਗਾ ਉਹ ਰਾਤੀ ਲੰਘ ਗਿਆ ਉਹ ਨਿਕਲ ਗਏ ਉਹ ਸਾਡੇ ਨਾਨਕੇ ਜਿਹੜਾ ਤੁਸੀਂ ਕਿਹਾ ਨਾ ਅ ਸ਼ੂਗਰ ਮਿਲ ਹਾਂਜੀ ਉਹਦੇ ਜਿਹੜਾ ਕੈਂਪ ਲੱਗ ਸੀ ਉੱਥੇ ਪਹੁੰਚੇ ਅੱਛਾ ਇਹ ਆਪਣੇ ਤੋਂ ਦੂਰ ਸੀਗੀ ਥੋੜੀ ਜਿਹੀ ਸ਼ੂਗਰ ਮਿਲ ਪਿੰਡ ਤੋਂ ਪਿੰਡ ਤੋਂ ਸਾਡੇ ਪਿੰਡ ਤੋਂ ਚਾਰ-ਪੰਜ ਚਾਰ-ਪੰਜ ਕਿਲੋਮੀਟਰ ਹਾਂਜੀ ਉਹ ਉੱਥੇ ਪਹੁੰਚ ਗਏ ਤੁਸੀਂ ਆਪਣੇ ਘਰ ਬੈਠੇ ਹੋ ਅੱਛਾ ਅੱਛਾ ਔਰ ਲੇਕਿਨ ਮੇਰੇ ਨਾਨਾ ਜੀ ਨੂੰ ਪਤਾ ਲੱਗਾ ਕਿ ਬਣੀਆਂ ਵਾਲੇ ਤੋਂ ਆ ਰਹੇ ਲੋਕ ਕਾਫਲਾ ਆ ਰਿਹਾ ਤੇ ਉਹਨਾਂ ਨੇ ਆਉਣ ਤੋਂ ਪਹਿਲਾਂ ਰੋਟੀ ਰਾਟੀ ਇਹ ਉਹ ਸਾਰੇ ਕਾਫਲੇ ਵਾਸਤੇ ਬਨੋਏ ਵਾਹ ਅੱਛਾ ਔਰ ਉੱਥੇ ਉਹਨਾਂ ਸੇਵਾ ਸੁਭਾ ਕੀਤੀ ਲੇਕਿਨ ਉਹ ਪਰੇਸ਼ਾਨ ਹੋ ਗਏ ਜਿਸ ਵੇਲੇ ਸਾਡਾ ਪਤਾ ਲੱਗਾ ਕਿ ਉਹ ਆਏਤੇ ਨਹੀਂ ਹੋਏ ਹੋਏ ਤੋ ਆ ਉਸ ਵਕਤ ਨੂੰ ਯਾਦ ਕਰਕੇ जी मैं समझ मन पर जंदा बिल्कुल मैं समझ सकता बस फिर वो नहीं आए तो फिर साढ़े नाना जी ने उठों कोई आदमी भेजा जरा विश्वास पात्र से उन्होंने घोड़ी दे के, पता के पता या पता करके पता करके आ कि आखिर निकले या नहीं निकले हाँ फिर उठों गए तो अल्लाह दिता साहब न भी पता लगा कि बे ਠੀਕ ਹੈ ਇਹ ਉਹਨਾਂ ਦੇ ਬੰਦਾ ਹਾਂ ਉੱਥੋਂ ਆਇਆ ਤੇ ਉਹਨੇ ਕਿਹਾ ਕਿ ਬਈ ਮੈਂ ਇਹਨਾਂ ਨੂੰ ਕੱਲ ਲੈ ਕੇ ਆਉਂਦਾ ਠੀਕ ਹੈ ਕੈਂਪ ਵਿੱਚ ਫਿਰ ਅਗਲੇ ਹਾਂਜੀ ਯਾਤਲਵੰਡੀ ਨਾਮ ਕੇ ਠੀਕ ਹੈ ਤਾਂ ਫਿਰ ਸਾਨੂੰ ਉਹ ਮਾਪੁੱਤਰ ਨੂੰ ਲੈ ਕੇ ਸਾਡੇ ਇੱਕ ਤਾਇਆ ਜੀ ਦੀ ਜੋ ਹਨ ਲੜਕੀ ਸੀ ਹਾਂ ਉਹਨੂੰ ਵੀ ਨਾਲ ਲੈ ਕੇ ਤੇ ਅਸੀਂ ਫਿਰ ਕੋੜੀਆਂ ਤੇ ਗਏ ਬੁਰਕੇ-ਬਰਕੇ ਪਾ ਕੇ ਅੱਛਾ ਇਹ ਮੰਜ਼ਰ ਆ ਗਿਆ ਕਿ ਸਾਨੂੰ ਬੁਰਕੇ ਪਾਣੇ ਪਏਗੇ ਹਾਂਜੀ ਅੱਛਾ ਤਾਂ ਕਿ ਜਾਣਾ ਤੇ ਰਸਤੇ ਦੇ ਵਿੱਚ ਕੋਈ ਠੀਕ ਹੈ ਹਾਂ ਮਾਤਾ ਜੀ ਤਾਂ ਸਮਝ ਆ ਗਿਆ ਤੁਸੀਂ ਫਿਰ ਕਿਵੇਂ ਮੈਂ ਨਹੀਂ ਮੇਰਾ ਅੱਛਾ ਅੱਛਾ ਮਾਤਾ ਜੀ ਨੇ ਬੁਰਕਾ ਪਾਇਆ ਮਾਤਾ ਜੀ ਨੇ ਔਰ ਜਿਹੜੀ ਸਾਡੀ ਭੈਣ ਸੀ ਨਾ ਅੱਛਾ 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 ਇਹਨਾਂ ਨੇ ਬੁਰਕੇ ਪਾ ਕੇ ਤੇ ਫਿਰ ਉਹਥੇ ਪਹੁੰਚੇ ਫਿਰ ਅਸੀਂ ਕੁਛ ਦਿਨ ਰਹੇ ਉੱਥੇ ਤਲਵੰਡੀ ਹਾਂਜੀ ਰਾਜਲੀ ਅੱਛਾ ਹਾਂਜੀ ਠੀਕ ਹੈ ਉੱਥੋਂ ਫਿਰ ਕੁਝ ਦਿਨ ਰਹਿ ਕੇ ਤੇ ਫਿਰ ਅਸੀਂ ਪਿੰਡ ਵਾਪਸ ਆਏ ਪਿੰਡ ਦਾ ਮਤਲਬ ਲੋਕ ਪਿੰਡ ਖਾਲੀ ਵੀ ਹੋ ਗਿਆ ਲੋਕ ਵੀ ਚਲੇ ਗਏ ਲੇਕਿਨ ਸਾਡਾ ਆਣਾ ਜਾਣਾ ਪਿੰਡ ਦੇ ਵਿੱਚ ਇਸ ਤਰ੍ਹਾਂ ਹੀ ਸੀ ਜਿਸ ਤਾ ਸ਼ੁਰੂ ਤੋਂ ਸ਼ੁਰੂ ਤੋਂ ਹੀ ਤਾਂ ਨੇ ਕੋਈ ਕਿਸੇ ਦਾ ਉਹ ਤੁਹਾਡਾ ਨਾਨਕਾ ਵੀ ਤਾਂ ਸੀ ਨਾ ਹੈ ਮਤਲਬ ਇੱਕ ਤਰ੍ਹਾਂ ਪਹਿਲੇ ਆnde ਜਾਂਦੇ ਵੀ ਤਾਂ ਰਹਿੰਦੇ ਸਨ ਆ ਚਲੋ ਉਹ ਵੀ ਹੋਏਗਾ ਉਹ ਵੀ ਹੋਏਗਾ ਸ਼ਾਇਦ ਇੱਕ ਅਟੈਚਮੈਂਟ ਥੋੜੀ ਜੀ ਲੇਕਿਨ ਇਹ ਵੀ ਜ਼ਰੂਰ ਹੈ ਕਿ ਉਹਨਾਂ ਦੀ وجہ ਨਾਲ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਆਈ ਨਾ ਕੋਈ ਪ੍ਰੋਬਲਮ ਨਹੀਂ ਕੋਈ ਜਾਨੇ ਨੁਕਸਾਨ ਕੋਈ ਨਹੀਂ ਨਹੀਂ ਹੋਇਆ ਠੀਕ ਹੈ ਇਹ ਜਿਹੜਾ ਪੜਾਵ ਸੀਗਾ ਜਾਂ ਤੁਹਾਡਾ ਜਿਸ ਤਰ੍ਹਾਂ ਰੁਕਣਾ ਸੀਗਾ ਇਹ ਇੱਥੇ ਕਿਤਨੇ ਟਾਈਮ ਤੱਕ ਰਿਹਾ ਕਿਤਨੇ ਟਾਈਮ ਤੱਕ ਤੁਸੀਂ ਇੱਥੇ ਹੀ ਰਹੇ ਫਿਰ ਹਾਂ ਅਸੀਂ ਫਿਰ ਅੱਲਾ ਦੇ ਤਾ ਸਾਹਿਬ ਨੇ ਇਹ ਕਿਹਾ ਕਿ ਬਈ ਜਿਸ ਵੇਲੇ ਤੁਹਾਡੇ ਨਾਨਕੇ ਪੈਂਪੇ ਚ ਆ ਜਾਣਗੇ ਤੁਹਾਡੀ ਪੂਆ ਫੁੱਫੜ ਆ ਜਾਣਗੇ ਤੇ ਮੈਂ ਤੁਹਾਨੂੰ ਛੱਡ ਕੇ ਆਵਾਂ ਓਕੇ ਓਕੇ ਉਹ ਨਿੱਦੇ ਤੱਕ ਸੀਦੇ ਫੇਰ ਇੱਕ ਟਾਈਮ ਐਸਾ ਆਇਆ ਕਿ ਸਾਡੇ ਪੂਆ ਜੀ ਫੁੱਫੜ ਜੀ ਉਹ ਵੀ ਪੈਂਪੇ ਪਹੁੰਚ ਗਏ ਤੇ ਉਹਨਾਂ ਦਾ ਮੈਸੇਜ ਆਇਆ ਅੱਲਾਹ ਦਿੱਤਾ ਸਾਬ ਉਹ ਤੋਂ ਪਤਾ ਕਰ ਦੇ ਦਿੰਦੇ ਕੋਈ ਕੋਈ ਦਿੱਲੀ ਗੁਜਰਾਵਾਲੇ ਜਾਣਦੇ ਸਨ ਸੇਬਸ ਕਰ ਦੇ ਸਾਬ ਜੀ ਜੀ ਉਹ ਪਤਾ ਤਾਂ ਉਹ ਨੇ ਫਿਰ ਆ ਕੇ ਗਿਆ ਤੇ ਉਹ ਪਹੁੰਚ ਗਏ ਨੇ ਤੁਸੀਂ ਤਿਆਰ ਹੋ ਜਾ ਤੁਹਾਨੂੰ ਵਿਚਾਲਾ ਠੀਕ ਹੈ ਫਿਰ ਉਹਨੇ ਟਾਂਗਾ ਕੀਤਾ ਟਾਂਗੇ ਸਾਨੂੰ ਕੈਂਪ ਛੱਡ ਕੇ ਆਏ ਹਾਂ ਤੇ ਉਹਦੇ ਛੱਡ ਆਏ ਔਰ ਉਹਦੇ باوجود ਡੇਡੀ ਮਿਲਣ ਆਂਦੇ ਸਨ ਰਾਹ ਲਈ ਹਾਂ ਵਾਹ ਗੁਜਰਾਵਲਾ 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 ਹਾਂ ਆ ਮਜ਼ਾ ਤੁਸੀਂ ਆਪਣੇ ਪਿੰਡ ਤੋਂ ਗੁਜਰਾਵਲਾ ਹਾਂ ਠੀਕ ਹੈ ਗੁਜਰਾਵਲਾ ਖਾਲਸਾ ਕਾਲਜ ਸੀ ਉਹਦੇ ਕੈਂਪ ਲੱਗਾ ਸੀ ਹਾਂ ਤੇ ਫਿਰ ਕੈਂਪ ਦੇ ਵਿੱਚ ਸਬਾਬ ਦੇ ਵਿੱਚ ਸਾਡੇ ਨਾਨਕਿਆਂ ਤੋਂ ਵੀ ਸਾਰੇ ਮਾਮਾ ਜੀ ਇਹ ਵੋ ਸਾਰੇ ਆ ਗਏ ਤੇ ਉਹਦੇ ਰਿੰਦੇ ਆ ਕੁਝ ਦਿਨ ਹੋ ਗਏ ਸਨ ਔਰ ਸਾਡੇ ਕੋਈ ਰਿਸ਼ਤੇਦਾਰ ਕੋ ਆਦਮੀ ਦੇ ਵੀ ਸਨ ਉਹਨਾਂ ਨਾਲ ਜ਼ਿਆਦਾ ਮੇਲ ਮਲਾਪ ਵੀ ਨਹੀਂ ਸੀ ਠੀਕ ਹੈ ਉਹ ਆਪਣੇ ਮਾਤਾ ਪਿਤਾ ਨੂੰ ਲੈ ਕੇ ਕੈਂਪ ਵਿੱਚ ਹੈ ਲੈਣ ਵਾਸਤੇ ਕੈਂਪ ਤੇ ਜਾਏ ਠੀਕ ਹੈ ਔਰ ਕੈਂਪੇਜ ਜਿਸਲੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਮਾਤਾ ਪਿਤਾ ਚਲੇ ਗਏ ਨੇ ਇੰਡੀਆ ਤੇ ਫਿਰ ਉਹ ਸਾਡਾ ਵੀ ਉਹਨਾਂ ਨੂੰ ਖਿਆਲ ਆਇਆ ਹਾਂ ਫਿਰ ਉਹ ਜਗ੍ਹਾ ਦੇਖੋ ਪੁੱਛਦੇ ਦੇ ਤੇ ਫਿਰ ਸਾਡੇ ਤੱਕ ਪਹੁੰਚ ਗਏ ਮੇਰੇ ਮਾਤਾ ਜੀ ਤੇ ਮੇਰੇ ਬੁਆ ਜੀ ਦਾ ਲੜਕਾ ਇਹ ਦੋਨੋਂ ਪਿੰਡ ਗਏ ਸਨ ਅੱਛਾ ਕਿਉਂਕਿ ਬੁਆ ਜੀ ਔਰ ਉਹਨਾਂ ਦੇ ਪਰਿਵਾਰ ਆ ਮਤਲਬ ਕਰੋ ਬਿਲਕੁਲ इस तरह निकले जिस तरह बैठे समझ उन्होंने कोई कपड़े विदाउट एनी प्रिपरेशन हाँ तो पहुँच गए उत्थे की गल करे <laughs> 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 ਐਵੇਂ ਹੀ ਨਿਕਲੇ ਹੁਣ ਜਿਵੇਂ ਦੋ ਕਪੜਿਆਂ ਚ ਜਿਵੇਂ ਬੈਠੇ ਸੀ ਗਿਆ ਬਿਲਕੁਲ ਬਿਲਕੁਲ ਬਲਕੇ ਮੇਰੇ ਬੁਆਜੀ ਦਾ ਲड़का ਉਹਨੇ ਟੁੱਟੀ ਜੁੱਤੀ ਪਾਈ ਸੀ ਕਿਉਂਕਿ ਮਾਲ ਲੰਗਰ ਰੱਖਿਆ ਸੀ ਉਹਨਾਂ ਨੂੰ ਉਹਦੇ ਸੇਵਾ ਕਰਦਾ ਸੀ ਪੱਠੇ ਪੱਠੇ ਪਾਣਾ ਇਹ ਉਹ ਜੋਕ ਡਰੈਸ ਸੀ ਉਹਦੇ ਨਾਲ ਹੀ ਕੱਛਾ ਪਾਇਆ ਸੀ ਕੱਛੇ ਨਾਲ ਹੀ ਨਿਕਲਾਏ ਤੇ ਫਿਰ ਉਹ ਕੈਂਪੇ ਚ ਪਹੁੰਚੇ ਤੇ ਮਾਤਾ ਜੀ ਨੇ ਕਿਹਾ ਕਿ ਸਾਡੇ ਪਿੰਡ ਦਾ ਸਭ ਪੁਸ਼ਕਰ ਕਰ ਹੈ ਫਿਰ ਉਹ ਦੋਨੋਂ ਗਏ ਸਰ ਪਿੰਡ ਤਾ ਕੇ ਉਥੋਂ ਕੋ ਕਪੜਾ ਲੱਤਾ ਬਿਸਤਰੇ ਬਿਸਤੇ ਜੋ ਹੈ ਉਹ ਤੋਂ ਲੈ ਕੇ ਆਈਏ ਉਹ ਗਏ ਸਨ ਤੇ ਉਹ ਪਿੱਛੋਂ ਸਾਡੇ ਰਿਸ਼ਤੇਦਾਰ ਉਹ ਮਿਲਟਰੀ ਵਾਲੇ ਉਹ ਆ ਗਏ ਤੇ ਉਹ ਕਹਿਣ ਲੱਗੇ ਮੇਰੀ ਸਵੇਰੇ 4 ਵਜੇ ਲਾਹੌਰ ਹਾਜ਼ਰੀ ਹੈ ਅੱਛਾ ਤੇ ਤੁਸੀਂ ਨਿਕਲਣਾ ਤੇ ਹੁਣੇ ਮੇਰੇ ਨਾਲ ਠੀਕ ਹੈ ਤੇ ਮਾਤਾ ਜੀ ਉੱਥੇ ਰਹਿ ਗਏ ਮੈਂ ਟਰੱਕੇ ਚੌਣਾ ਨਾਲ ਬੈਠ ਕੇ ਓਕੇ ਅੱਛਾ ਤੋ ਜਿਸਲੇ ਅਸੀਂ ਉਹਨਾਂ ਲਈ ਲਾਹੌਰ ਆਪਣਾ ਮੇਰੀ ਤੋਂ ਨਸੀ ਸੇਵਾ ਸੌ ਕੀਤੀ ਜੀ ਜੀ ਬਿਲਕੁਲ ਤੇ ਲਾਹੌਰ ਤੋਂ ਫਿਰ ਜਲੰਧਰ ਠੀਕ ਹੈ ਅਨੰਦਸਰ ਠੀਕ ਹੈ ਅਨੰਦਸਰ ਪਹੁੰਚੇ ਤੇ ਅੰਮ੍ਰਿਤਸਰ ਮੇਰੇ ਇੱਕ ਤਾਇਆ ਜਿਸ ਉਹਨਾਂ ਦੇ ਦਮਾਦ ਉਥੇ ਪੁਲਿਸ ਦੇ ਵਿੱਚ ਹੈਡ ਕਲਰਕ ਸਨ ਅਮਰਸਰ ਸਬੀ ਦੇ ਹੈ ਠੀਕ ਹੈ ਤੇ ਉਹ ਮੈਨੂੰ ਮਿਲ ਗਏ ਕੈਂਪ ਦੇ ਵਿੱਚ ਲੇਕਿਨ ਤੁਸੀਂ ਇਕੱਲੇ ਉਤਰੇ ਨਹੀਂ ਹੋਰ ਵੀ ਗਏ ਉਹ ਉਹ ਅੱਛਾ ਹੋਰ ਵੀ ਲੇਕਿਨ ਮਾਤਾ ਉਧਰ ਰਹੇਗੀ ਨਾ ਮਾਤਾ ਜੀ ਹੁੰਦੇ ਮਾਤਾ ਉਧਰ ਮਾਤਾ ਤੇ ਅਸੀਂ ਨਿਕੜ ਵਿਛੜ ਗਏ ਹਾਂ ਇੱਕ ਦੂਜੇ ਕੋਲ ਤੇ ਮੈਂ ਤਾਂ ਛੋਟਾ ਸੀ ਮੇਰਾ ਕੋਈ ਜ਼ਿਆਦਾ ਉਹ ਜ਼ਿਆਦਾ ਬਰੀਦ ਨਹੀਂ ਸੀ ਮੈਂ ਲੇਕਿਨ ਮਾਤਾ ਜੀ ਪਰੇ ਪਰੇਸ਼ਾਨ ਹਾਂ ਮੇਰਾ ਮੁੰਡਾ ਗਿਆ ਮਨੋਰ ਗਿਆ ਮੈਂ ਪਤਾ ਨਹੀਂ ਉਹਨੂੰ ਮਿਲ ਵੀ ਸਕਾਂਗੀ ਕਿ ਨਹੀਂ ਮਿਲ ਸਕਾਂਗੀ ਇਸ ਤਰ੍ਹਾਂ ਕਰਕੇ ਪਰ ਮੈਂ ਅੰਮ੍ਰਿਤਸਰ ਪਹੁੰਚ ਕੇ ਤੇ ਜੀਜਾ ਜੀ ਨਾਲ ਉਹ ਘਰ ਚਲਾ ਗਿਆ ਤੇ ਉੱਥੇ ਪਰਿਵਾਰ ਦੇ ਵਿੱਚ ਸਭ ਕੁਝ ਠੀਕ ਠਾਕ ਸੀ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰ ਰੋਕ ਕੇ ਸੁਣ ਲਏ ਹੋਗੇ ਨਾ ਇੱਕ ਬ੍ਰੇਕ ਸਾਢੇ ਕਮਰੇ ਸੰ ਤਿੰਨ ਤਿੰਨ ਕਮਰੇ ਇੱਕ ਪੜਾ ਇੱਕ ਗਾਇਦਾ ਕਮਰਾ ਇੱਕ ਫਿਊਲ ਦਾ ਕਮਰਾ ਲੱਕੜੀਆਂ ਵਗੈਰੇ ਜਲਦੀਆਂ ਨਾ ਇੱਕ ਲੱਕੜੀ ਦਾ ਕਮਰਾ ਸੀ ਪਸ਼ੂ ਵੀ ਹੈਗੇ ਸੀ ਘੋੜੀ ਵੀ ਹੈਗੀ ਸੀ ਖੂਹ ਵੀ ਹੈਗੇ ਸੀ ਸਾਡੇ ਦੋ ਤਿੰਨ ਖੂਹ ਸੀ ਅੱਛਾ ਜ਼ਮੀਨ ਮੈਂ ਤਾਂ ਜਰਾ ਕੁਝ ਵੇਖੇ 25-2600 ਕਿੱਲਾ ਜ਼ਮੀਨ ਹੈ ਸਾਡੇ ਲੱਕੜ ਮੰਡੀ ਦੇ ਵਿੱਚ ਬਿਜਲੀ ਆਈ ਸਾਡੇ ਚੰਦ ਘਰ ਆਈ ਛ ਸਾਡੇ 2 ਘਰਾਂ ਦੇ ਮਕਾਨ ਸਭ ਤੋਂ ਵੱਡੇ ਹਨ RAM ਨੇਰ ਦੇ ਵਿੱਚ ਸਾਡਾ 10 ਮਰਲੇ ਦੇ ਵਿੱਚ ਮਕਾਨ ਸੀਗਾ ਜਿਹਦੇ ਵਿੱਚ 1 2 3 4 5 ਕਮਰੇ 6 7 ਇੱਕ ਹਾਲ ਕਮਰਾ 8 9 ਸੀਗੇ ਕਮਰੇ ਇੱਕ ਵੇੜਾ ਸੀ ਬ੍ਰਾਂਡਾ ਸੀ ਸਾਰਾ ਕੁਝ ਸੀ ਉੱਥੇ ਘਾਰੇ ਦਿੰਦੇ ਸੀ ਫਿਰ ਅਸੀਂ ਡੇਲੀ ਕੈਂਪ ਦੇ ਵਿੱਚ ਆਉਂਦੇ ਸੀ ਜਿੱਥੋਂ ਟਰੱਕ ਬੱਸਾਂ ਆਂਦੀਆਂ ਸਨ ਲੋਕਾਂ ਨੂੰ ਲੈ ਕੇ ਉੱਥੇ ਪਹੁੰਚਦੇ ਸੀ ਉੱਥੇ ਦੇਖਦੇ ਸੀ ਵੀ ਕੌਣ ਆਇਆ ਕੌਣ ਨੇ ਅੱਛਾ ਦਿੱਲੀ ਰੂਟੀਨ ਮੁਕੀ ਤੇ ਫਿਰ ਉੱਥੋਂ ਕੁਝ ਨਾ ਬਾਅਦ بڑے ਰਿਸ਼ਤੇ ਕਰੂਜ਼ ਰਿਸ਼ਤੇਦਾਰ ਉੱਥੇ ਮਿਲੇ ਤੇ ਮਾਤਾ ਜੀ ਮੈਨੂੰ ਕੋਈ 3-4 ਮਹੀਨੇ ਬਾਅਦ ਤਿੰਨ ਚਾਰ ਮਹੀਨੇ ਬਾਅਦ ਉੱਥੇ ਲਿ ਗਏ ਮਾਤਾ ਜੀ ਤਾਂ ਬਿਲਕੁਲ ਕਮਜ਼ੋਰ ਹੋ ਗਏ ਉਹਨਾਂ ਦੇ ਰੋਂਦੇ ਰੋਂਦੇ ਰਹਿੰਦੇ ਹੋਣਗੇ ਤੁਹਾਨੂੰ ਤੁਹਾਨੂੰ ਯਾਦ ਆ ਗਿਆ ਹੋਣਾ ਕਿ ਪਹਿਲੀ ਵਾਰੀ ਉਹਨਾਂ ਨੇ ਤੁਹਾਨੂੰ ਦੇਖਿਆ ਹੋਣਾ ਤਾਂ ਕੀ ਕੀ ਮੰਜ਼ਰ ਸੀ ਹੈ ਮਤਲਬ ਚਲੋ ਇੱਕ ਮਾਂ ਬਿਛੜੇ ਬੱਚੇ ਨੂੰ ਜਿਸ ਤਰ੍ਹਾਂ ਮਿਲਦੀ ਹੈ ਉਸ ਤਰ੍ਹਾਂ ਮਿਲੇ ਉਹ ਕੋਬਰੂ ਨਿਯਾਨੀ ਨਾ ਪਛਿੜੇ ਰੋਂਦੇ ਬਹੁਤ ਸੀ ਪਤਾ ਨਹੀਂ ਇਹਾਂ ਦੀ ਮਾਤਾ ਤਾਂ ਇਹਨਾਂ ਨੂੰ ਮਿਲ ਗਈ ਕਈਆਂ ਦੀ ਮੈਂ ਸੁਣੀ ਹੈ ਮਾਤਾ ਵੀ ਨਹੀਂ ਮਿਲੀ ਤੇ ਕਈਆਂ ਮਾਤਾ ਦੇ ਪੁੱਤ ਵੀ ਵਿਛੜ ਗਏ ਹਾਂ ਤਾਂ ਇਹ ਉਹ ਜਿਹੜੀ ਇਹਨਾਂ ਦੀ ਉਸ ਟਾਈਮ ਦੀ ਜਿਹੜੀ ਉਹ ਇੱਕ ਘੋਟਾਂ ਸੀ ਨਾ ਜਫੀ ali ਉਹ ਮੈਂ ਮਹਿਸੂਸ ਕਰ ਰਿਹਾ ਸੀ ਉਹ ਗਰਮ ਜੋਸ਼ੀ ਦੀ ਬਸ ਕੁਝ ਟਾਈਮ ਅਸੀਂ ਅੰਮ੍ਰਿਤਸਰ ਆਏ ਜੀ ਅੰਮ੍ਰਿਤਸਰ ਤੋਂ ਬਾਅਦ ਫਿਰ ਜਲੰਧਰ ਮੇਰੇ ਬੁਆ ਜੀ ਦੇ ਦਮਾਦ ਉਹ ਬਿਲਡਿੰਗ ਇਨਸਪੈਕਟਰ ਸਨ ਮੈਸਲ ਕਮੇਟੀ ਦੇ ਠੀਕ ਹੈ ਉਹਨਾਂ ਨੇ ਉੱਥੇ ਬੜਾ ਬੜਾ ਮਕਾਨ ਇੱਕ ਲਿਆ ਸੀ ਸਾਨੂੰ ਉਹ ਮਿਲ ਗਏ ਉਹ ਫਿਰ ਨਾਲ ਲੈ ਗਏ ਜਲੰਧਰ ਫਿਰ ਉੱਥੇ ਹੀ ਮਕਾਨੇ ਚ ਰਹਿ ਅੱਛਾ ਕਾਫੀ ਦੇਰ ਬਹੁਤ ਦੇਰ ਹੈ ਹਾਂ ਤੇ ਮਾਤਾ ਦੀ ਫੋਟੋ ਹੈ ਮਾਤਾ ਜੀ ਫੋਟੋ ਇੱਥੇ ਤੇ ਨਹੀਂ ਉਹਨੇ ਉੱਥੇ ਹੈ ਆ ਚਲੋ ਕੋਈ ਨਹੀਂ ਮੈਂ ਜ਼ਰੂਰ ਉਹ ਫੋਟੋ ਖੈਰ ਦੇਖ ਹੀ ਰਹੇ ਹੋ ਮੈਂ ਨਾਲ ਜਿਹੜੀ ਦਿਖਾਇਆ ਹੈ ਸਾਡੀ ਮਾਤਾ ਮੈਂ ਤੁਹਾਨੂੰ ਭੇਜ ਦਿਆਂ ਬਿਲਕੁਲ ਪਿਤਾ ਜੀ ਭੇਜ ਦੇਗਾ ਹਾਂ ਮੈਨੂੰ ਜ਼ਰੂਰ ਉਹ ਦੇਓ ਤੇ ਦੂਜਾ ਨੰਬਰ ਹੈ ਕੀ ਹੁਣ ਸੋਚਣ ਵਾਲੀ ਗੱਲ ਹੈ ਇਸ ਕਹਾਣੀ ਦੇ ਵਿੱਚ ਇਸ ਸੱਚੇ ਵਾਕਏ ਦੇ ਵਿੱਚ ਕਹਾਣੀ ਕਵਾਂਗਾ ਤਾਂ ਕੁਝ ਲੋਕ ਕਹਿਣਗੇ ਕਿ ਯਾਰ ਕਹਾਣੀ ਥੋੜੀ ਹੈ ਉਸ ਮਾਤਾ ਨੇ ਤਾਨੂੰ ਇੱਕ ਗਵਰਨਮੈਂਟ ਅਫੀਸਰ ਬਣਾਇਆ ਕਿੱਦਾਂ ਉਹ ਇਤਨਾ ਉਸਨੇ ਜ਼ਿੰਦਗੀ ਚ ਮਿਹਨਤਾਂ ਕੀਤੀ ਇੱਥੇ ਆ ਕੇ ਇੱਥੇ ਆ ਕੇ ਕਿਤਨੀ ਮਿਹਨਤਾਂ ਕੀਤੀ ਬਹੁਤ ਮਿਹਨਤ ਕੀਤੀ ਮਾਤਾ ਜੀ ਮੇਰੇ ਅਨਖ ਵਾਲੇ ਸਨ ਹਾਂ ਅਨਖ ਵਾਲੇ ਬਿਲਕੁਲ ਬਿਲਕੁਲ ਉਹਨਾਂ ਨੇ ਕਿ ਮਿਹਨਤ ਵੀ ਕੀਤੀ ਪਾਂਡੇ ਮਾਂ ਜੇ ਸਭ ਕੁਝ ਕੀਤਾ ਬਿਲਕੁਲ ਮੈਂ ਇੱਕ ਕਾਰੋ ਕੰਮ ਕਰਨ ਜਾਂਦੇ ਸਨ ਪਾਂਡੇ ਮਾਂ ਜੇ ਦੇ ਸਨ ਤੇ ਮੈਂ ਉਹ ਉੱਪਰ ਰਹਿੰਦੇ ਸਨ ਤੇ ਉਹਨਾਂ ਦਾ ਜਿਹੜਾ ਨਲਕਾ ਸੀ ਉਹ ਥੱਲੇ ਸੀ ਤੇ ਮੈਂ ਬਾਲਟੀਆਂ ਚੁੱਕ ਕੇ ਪਾਣੀ ਉੱਪਰ ਦੇ ਦਿਆਦਾ ਸੀ। ਤਾਂ ਹੀ ਤਾਂ ਮੈਂ کہہ ਰਹੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਕਿੰਨਾ ਕੁਛ ਕਿੰਨਾ ਕੁਛ ਝੇਲੇ ਬਹੋਜੀ। ਬਿਲਕੁਲ। ਹਾਂ। ਵਿੰਡੂ ਦੇ ਵਿੱਚ ਇੱਕ ਅੱਲਾ ਦਿੱਤਾ ਸਾਹਿਬ ਮੈਂ ਚਾਚਾ ਜੀ ਕਹਿੰਦਾ ਸੀ। ਹਾਏ। ਔਰ ਇੱਕ ਸਾਡੇ ਘਰ ਦੇ ਬਿਲਕੁਲ ਨਾਲ ਰਾਈਆਂ ਦਾ ਘਰ ਸੀ। ਰਾਈਆਂ ਦੇ ਘਰ ਦੇ ਵਿੱਚ ਬੜੀ ਅਦੰਦੀ ਸੀ ਜਿਹੜੀ ਲੇਡੀ ਉਹਨੂੰ ਆलम ਬੀਬੀ ਕਹਿੰਦੇ ਸੀ ਜਿਹੜੀ ਤੁਹਾਡੇ ਨਾਲ ਰਾਤੀ ਬੈਠੀ ਸੀਗੀ ਸਾਰੀ ਰਾਤ ਤੁਸੀਂ ਕਹਿੰਦੇ ਸਾਰੀ ਰਾਤ ਬੈਠੀ ਸੀ ਜੀ 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 ਮਕਾਨ ਦੇ ਤੇ ਇਹਨਾਂ ਦੋਨਾਂ ਦਾ ਮੈਨੂੰ ਯਾਦ ਹੈ ਉਹਨੇ ਦੋਨਾਂ ਦਾ ਪਿਆਰ ਵੀ ਬਹੁਤ ਮਿਲਿਆ ਬਿਸਮੱਲਾਹੁਰਹੁਬਹੁਤ ਮੈਨੂੰ ਕਿਸੇ ਪਿੰਡ ਦੇ ਮੁਸਲਮ ਪਰਿਵਾਰ ਅੱਲਾ ਦਿੱਤਾ ਸਾਹਿਬ ਦੇ ਪਰਿਵਾਰ ਨੇ ਤੁਹਾਨੂੰ ਬਿਲਕੁਲ ਹਿਫਾਜ਼ਤ ਦੇ ਨਾਲ ਇੱਥੇ ਭੇਜਿਆ। ਅੱਛੀ ਉਹਨਾਂ ਦੇ ਘਰ ਰਏ ਉਹ ਇੰਨੇ ਇਮਾਨਦਾਰ ਸਨ ਕਿ ਸਾਡੇ ਨਾਲ ਕੋਈ ਹੋਰ ਵੀ ਪਿੰਡ ਦਾ ਆਪਣੇ ਬ੍ਰਾਹਮਣ ਸੀ ਜਾਂ ਕੋਈ ਵੀ ਮਾਤਾ ਜੀ ਨੇ ਨਾਲ ਰੱਖਿਆ ਤੇ ਜਿਸ ਦਿਨ ਕੈਂਪ ਜਾਣਾ ਸੀ ਉਹਦੇ ਕੋਲ ਸੋਨੇ ਦਾ ਹਾਰ ਸੀ। ਹਾਏ ਅੱਛਾ ਹੋਰ ਦੇਖੋ ਤੇ ਉਹ ਜਾਣ ਲੱਗੇ ਤੇ ਉਹਨੇ ਸੋਚਿਆ ਕਿ ਵੀ ਮੈਂ ਜਾਣਾ ਤੇ ਰਸਤੇ ਦੇ ਵਿੱਚ ਇਹ ਹਾਰ ਜਿਹੜੀ ਇਹ ਕਿਸੇ ਮੁਸੀਬਤ ਦਾ ਕਾਰਨ ਨਾ ਬਣ ਜਾਏ ਬਿਲਕੁਲ ਤੇ ਉਹਨੇ ਉਹਨੇ ਪਰੋਲਾ ਹੁੰਦਾ ਸੀ ਪਰੋਲੇ ਦੇ ਪਿੱਛੇ ਸੁੱਤ ਕੇ ਜੇ ਕੰਮ ਆਏਗਾ ਤੇ ਇਹਦੇ ਕੰਮ ਆਏਗਾ ਵਾਹ ਵਾਹ ਤੋਂ ਉਹ ਫਿਰ ਕੈਂਪੇਜ ਪਹੁੰਚ ਗਏ ਅੱਲਾਹ ਦੇ ਤਸਾਬ ਐਜ਼ ਯੂਜਵਲ ਹਾਂਜੀ ਮਿਲਨ ਨੰਦੇ ਸਨ ਹਾਂ ਤੇ ਓਨਰ ਨੇ ਉਹਨਾਂ ਨੇ ਕਿਹਾ ਉਹ ਲੇਡੀ ਨੇ ਜਿਨੇ ਹਾਰ ਸੁੱਟਿਆ ਸੀ ਕਿ ਤੁਹਾਡੇ ਪਰੋਲੇ ਦੇ ਪਿੱਛੇ ਮੇਰੀ ਕੋਈ ਚੀਜ਼ ਗਿਰੀ ਹੈ ਅੱਛਾ ਵਾਹ ਉਹ ਦੇਖ ਲੈਣਾ ਜੇ ਮਿਲ ਜਾਏਗੀ ਤੇ ਤਮ ਵੀ ਠੀਕ ਹੈ ਨਹੀਂ ਮਿਲੇਗੀ ਤਮ ਵੀ ਠੀਕ ਹੈ ਠੀਕ ਹੈ ਠੀਕ ਹੈ ਤੋਂ ਫਿਰ ਉਹਨਾਂ ਨੇ ਜਾ ਕੇ ਦੇਖਿਆ ਤਲਾਸ਼ ਕੀਤਾ ਤਾਂ ਹਾਰ ਫਿਰ ਹਾਰ ਦੇ ਕੇ ਕੈਂਪ ਵਜ ਕੇ ਓਕੇ ਵਾਹ ਇਮਾਨਦਾਰੀ ਇਮਾਨਦਾਰ आलम बीबी दा परिवार आज अगर ये वीडियो देखेगा तो वो भी साडी तरह इमोशनल हो जाएगा मेरा ख्याल है आलम बीबी हुन नहीं वो नहीं होणगी 100% नहीं होणगी लेकिन आलम बीबी ने ए वाली गल्ला अपने बच्चेया नु जरूर सुनाई होणगी हां हो सकता मेरी है मेरीया तो जरूर सुनाई हां क्योंकि जिसले वो सब्जी दा टोकरा लेके बेचन जाते सन तो सबत मेरे नु प्यार नाल पूरो कहंदे से हाय ਮੇਰਾ ਪਿੱਜਰ ਬਿਲਮ ਤੇ ਯਾਦ ਆ ਗਈ ਉਸੇ ਪੂਰੋ ਸੀਗੀ ਸਾਡੀ ਹਾਂ ਤਾਂ ਮੈਨੂੰ ਪੂਰੋ ਕੁੜੀ ਦਾ ਨਾਮ ਲੈ ਕੇ ਨਵਾਜ ਮਰਦੇ ਮੈਂ ਕਹ ਪੂਰੋ ਮੈਨੂੰ ਬੋਡੀ ਕਰਵਾ ਆਏ ਬੋਣੀ ਕਰ ਫਿਰ ਅਗੇ ਤਾਂ ਕਈ ਵਾਰੀ ਲੱਗਦਾ ਕਿ ਯਾਰ ਉਸ ਦੌਰ ਇਸ ਚੱਸੀ ਕਿਉਂ ਨਹੀਂ ਸਾ ਫਿਰ ਹੁਣ ਲੱਗਦਾ ਕਿ ਨਹੀਂ ਅਸੀਂ ਤਾਂ ਉਹ ਕਹਾਣੀਆਂ ਆਪਣੇ ਅੱਖੇ ਦੇਖ ਰਹੇ ਹਾਂ ਤੁਹਾਡੇ ਜ਼ਬਾਨੀ ਅ ਅਲਾ ਦਿੱਤਾ ਪਰਿਵਾਰ ਅ ਨੂੰ ਅਗਰ ਅੱਜ ਅਸੀਂ ਥੈਂਕਸ ਕਰਾਂ ਹਾਂ ਜੀ ਤਾਂ ਕਿੱਦਾਂ ਕਵਾਂਗੇ ਉਹਨਾਂ ਨੂੰ ਹਾਂ ਮਸਜਿਦ ਵਾਲੀ ਗਲੀ ਦੇ ਵਿੱਚ ਹਾਂ ਅ ਤਕਰੀਬਨ ਮਿਡਲ ਵਿੱਚ ਜਾ ਕੇ ਹੂੰ ਖੱਬੇ ਪਾਸੇ ਹੂੰ ਇੱਕ ਤੋੜ ਜਾਂਦਾ ਸੀ ਠੀਕ ਹੈ ਖੁੱਲੀ ਜਗ੍ਹਾ ਸੀ ਉਹਦੇ ਸ਼ਾਇਦ ਪੀਪਲ ਦਾ ਹੂੰ ਪੇੜ ਵੀ ਲੱਗਾ ਸੀ ਹੂੰ ਉਹਦੇ ਵਿੱਚ ਹੀ ਉਹਨਾਂ ਦਾ ਮਕਾਨ ਸੀ ਹੂੰ ਤੇ ਮੈਨੂੰ ਜੋ ਕੁਝ ਧੁੰਦਲੀ ਜੀ ਯਾਦ ਹੈ ਹੂੰ ਉੱਥੇ ਅਸੀਂ ਤਾਂ ਇਹ ਵੀ ਕਹਿ ਦਿੰਦੇ ਉਸ ਮਕਾਨ ਦਾ ਦਰਵਾਜ਼ਾ ਅਸੀਂ ਖਟਕਟਾਤਾ ਹਾਂ ਕੋਈ ਬੰਦਾ ਬਾਹਰ ਆ ਗਿਆ ਹਾਂ ਹਾਂ ਅੱਲਾ ਦਿੱਤਾ ਸਾਹਿਬ ਮੇਰਾ ਖਿਆਲ ਹੈ ਸ਼ਾਇਦ ਦੁਨੀਆ 'ਚ ਹੁਣ ਤਾਂ ਬਹੁਤ ਇਸ ਚੀਜ਼ ਗੱਲ ਨਹੀਂ ਹੋਣਗੇ ਨਹੀਂ ਹੋਣਗੇ ਉਹਨਾਂ ਦੇ ਬੱਚੇ ਮੈਨੂੰ ਕੋਈ ਜਾਣਕਾਰੀ ਨਹੀਂ ਨਹੀਂ ਲੇਕਿਨ ਅੱਲਾ ਦਿੱਤਾ ਸਾਹਿਬ ਨੇ ਜ਼ਰੂਰ ਤੁਹਾਡੇ ਬਾਰੇ ਦੱਸਿਆ ਹੋਵੇਗਾ ਤੇ ਇਹ ਵੀ ਸ਼ਾਇਦ ਕਹਿਆ ਹੋਵੇ ਕਿ ਕਦੇ ਉਹ ਆ ਸਕਦਾ ਹੈ ਜੇ ਆਏ ਹਾਂ ਤਾ ਖਿਲਾਣਾ ਪਿਲਾਣਾ ਜ਼ਰੂਰ ਰੋਟੀ ਖਵਾਏ ਬਗੈਰ ਨਹੀਂ ਭੇਜਣਾ ਨਹੀਂ ਮੈਂ ਵੀ ਅਗਰ ਮੈਨੂੰ ਮੌਕਾ ਮਿਲੇ ਜਾਂਦਾ ਤਾਂ ਮੈਂ ਉਹ ਉਹ ਸ਼ਕਰ ਨੂੰ ਜਿਸਾ ਮੰਦਿਰ ਨੂੰ ਮੱਥਾ ਟੇਕੀਦਾ ਉਸ ਤੋਂ ਉਹਨਾਂ ਬੋੜ ਕੋਈ ਕੀਤਾ ਅਸੀਂ ਕਦੀ ਵੀ ਪਲਾਨ ਕਰਕੇ ਨਹੀਂ ਬੈਠਦੇ ਕਿ ਅਸੀਂ ਕਿਸੇ ਨਾਲ ਇਸ ਤਰ੍ਹਾਂ ਦੀ ਗੱਲ ਕਰਨੀ ਹੈ ਲੇਕਿਨ ਜਿਹੜੀ ਕਹਾਣੀਆਂ ਸਾਹਮਣੇ ਆਉਂਦੀਆਂ ਨਾ ਉਹ ਫਿਰ ਅੱਖਾਂ ਤੋਂ ਬਾਹਰ ਆ ਜਾਂਦੀਆਂ ਦਿਲ ਕਰਦਾ ਹੈ ਜਾਵਾਂ ਮੱਥਾ ਇੱਕ ਵਾਰੀ ਨਵਾ ਕੇ ਆਵਾ ਇੱਕ ਦਫਾ ਵੀਜ਼ਾ ਲਗਵਾਇਆ ਸੀ ਜੀ اچھا ਲੇਕਿਨ ਵੀਜ਼ਾ ਲਗਵਾਣ ਤੋਂ ਬਾਅਦ ਫਿਰ ਬੱਚਿਆਂ ਨੇ ਜਾਣ ਦਿੱਤਾ ਉਹਨਾਂ ਦੇ ਪਾਕਿਸਤਾਨ ਦੇ ਹਾਲਾਤ ਵੀ ਕੁਝ ਠੀਕ ਨਹੀਂ ਸੀ ਜੀ 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 ਫਿਰ ਨਹੀਂ ਗਏ ਪਰ ਦਿਲ ਕਰਦਾ ਥੇ ਕਿ ਇੱਕ ਦਫਾ ਉਹ ਆਪਣਾ ਮਕਾਨ ਆਪਣੀ ਜਨਮ ਭੂਮੀ ਦੇਖ ਕੇ ਆਵਾ ਬਸ ਜੀ ਬੜੇ ਖੁਸ਼ਕਿਸਮਤ ਲੋਗੋ ਨੇ ਜਿਹੜੇ ਦੇਖ ਆਂਦੇ ਆ ਲੇਕਿਨ ਜਿਹੜੇ ਇਸ ਬਾਰੇ ਸੋਚ ਵੀ ਲੈਂਦੇ ਆ ਨਾ ਹਾਂ ਉਹ ਵੀ ਭਾਗਸ਼ਾਲੀ ਹੁੰਦੇ ਆ ਕਿ ਹਾਂ ਜਨਮ ਭੂਮੀ ਤਾਂ ਆਪਣੇ ਭੁੱਲ ਨਹੀਂ ਦੇ ਕਿਸੇ ਨੇ ਭਗਵਾਨ ਰਾਮ ਨੇ ਵੀ ਇਹੀ ਕਿਹਾ ਹਾਂ ਬਿਲਕੁਲ ਕਿ ਜਨਮ ਭੂਮੀ ਜੇ ਸਵਰਗ ਨਾਲੋਂ ਵੀ ਉੱਚੀ ਹੈ ਉਹਨਾਂ ਦਾ ਕੁਝ ਐ ਜਦੋਂ ਅ ਸੈਡਿਸ ਨੇ ਉਹਨਾਂ ਜ਼ਰੂਰ ਦੇਖਣਗੇ ਇਹ ਦੋ ਵੱਡੇ ਨਾਂਅ ਐ ਆਲਮ ਬੀਬੀ ਦਾ ਤੇ ਅਲਾ ਦਿੱਤਾ ਸਾਹਿਬ ਦਾ ਉਸ ਪਿੰਡ ਵਿੱਚ ਅਜ ਵੀ ਵਜਦਾ ਹੋਣਾ ਹੈ ਹਾਂਜੀ ਤੇ ਉਹਨਾਂ ਦੇ ਰਾਈ ਸਾਨੂੰ ਜ਼ਰੂਰ ਸਨੇ ਆਏਗਾ ਜਿਹੜਾ ਅਲਾ ਦਿੱਤਾ ਸਾਹਿਬ ਸਨ ਇਹ ਡਾਕਖਾਨੇ ਚ ਸਰਵਿਸ ਕਰਦੇ ਸਨ ਸ਼ਾਇਦ ਜੇ ਮੈਂ ਗਲਤ ਨੇ ਕਹਿ ਰਿਹਾ ਤੇ ਹੋ ਸਕਦਾ ਹੈ ਪੋਸਟਮੈਨ ਹੋ ਓਕੇ ਅੱਛਾ ਹਾਂ بس پوسٹ ઓફਿਸ ਤੇ ਬਿਚ ਕੰ ਕਰਦਾ ਸੀ ਕਿਉਂਕਿ ਇਸ ਨੇ ਤੁਹਾਨੂੰ ਹਿਫਾਜ਼ਤ ਨਾਲ ਪਹੁੰਚਾਇਆ ਇੱਕ ਨੇਕ ਨੀਅਤ ਵਾਲਾ ਜਿਹੜਾ ਬੰਦਾ ਹੁੰਦਾ ਨਾ ਉਹਨੂੰ ਪੂਰਾ ਪਿੰਡ ਜਾਣਦਾ ਹੈ ਤਾਂ ਬੜਾ इजीली ਟ੍ਰੇਸ ਹੋ ਜਾਣਾ ਹੈ ਉਹਨਾਂ ਨੇ ਕਿ ਜੀ ਪੁਰਨ ਚੰਜੀ ਪੁਰਨ ਸ਼ਰਮਾ ਜੀ ਅੱਜ ਇਸ ਬੰਦੇ ਦਾ ਜ਼ਿਕਰ ਕਰ ਰਹੇ ਹਨ ਹੈਨਾ ਤਾਂ ਬੜਾ ਜੀ ਵੀ ਪਾਕਿਸਤਾਨ ਪਰਨ ਤੋਂ ਬਾਅਦ ਵੀ ਅਸੀਂ ਇੱਥੇ ਆਏ ਤੇ ਫੇਰੀ ਖਤਕਤ ਖਤੋਕਤਾਬ ਖਤੋਕਤਾਬ ਦੇ ਦੇ ਅੱਛਾ ਵਾਹ ਮੇਰੇ ਮਾਤਾ ਜੀ ਕਹਿੰਦੇ ਸੀ ਚਿੱਠੀ ਲਿਖ ਚਾਚੇ ਨੂੰ ਵਾਹ ਵਾਹ ਤੇ ਫਿਰ ਉਹ ਚਿੱਠੀਆਂ ਲਿਖਦੇ ਸੇ ਉਹਨਾਂ ਦੇ ਜਵਾਬ ਆਇਆ ਸੀ ਸ਼ੁਰੂ ਦੇ ਵਿੱਚ ਪਰ ਫਿਰ ਅਸ-ਅਸਤ ਲੱਗ ਗਈ ਜਿਹੜੇ ਅਸੀਂ ਮਕਾਨ ਨੇ ਚ ਜਲੰਧਰ ਰਹਿ 47 48 ਦੇ ਵਿੱਚ ਹਾਕੀ ਦੇ ਮੈਚੇਜ਼ ਹੁੰਦੇ ਸਨ ਠੀਕ ਹੈ ਤੇ ਆਣਾ ਜਨਮੇ ਹੁੰਦਾ ਸੀ ਉਹ ਇੱਧਰ ਆ ਗਏ ਅਸੀਂ ਉਧਰ ਚਲੇ ਗਏ ਜੀ ਜੀ ਤੇ ਜਿਸ ਮਕਾਨੇ ਚ ਅਸੀਂ ਜਿਲੰਦਰ ਰਹਿੰਦੇ ਸੀ ਉਹ ਜਿਨ੍ਹਾਂ ਦਾ ਮਕਾਨ ਸੀ ਮੁੰਮਦਨ ਪ੍ਰੋਪਰਟੀ ਸੀ ਉਹ ਰਫੀ ਤੇ ਸ਼ਫੀ ਦੋ ਪ੍ਰਾਇਸਾ ਉਹ ਲਾਹੌਰ ਤੋਂ ਆਏ ਸਾਂ ਸਾਡੇ ਬਾਜ਼ਾਰ ਦੇ ਵਿੱਚ ਇੱਕ ਪੰਡਤ ਦੁਰਗਾਦਤ ਹੁੰਦੇ ਸੀ ਮੀਰ ਮੱਲੇਦਾਰ ਕਿਸੇ ਵੇਲੇ ਅੰਗਰੇਜ਼ਾਂ ਨੇ ਕੋਈ ਉਪਾਧੀ ਰੱਖੀ ਸੀ ਠੀਕ ਹੈ ਤੇ ਉਹਨਾਂ ਨੇ ਮੈਨੂੰ ਮੈਂ ਨਿਕਲਦੇ ਐਸੀ ਮੈਨੂੰ ਬੁਲਾਇਆ ਕਾਕਾ ਗੱਲ ਸੁਣ ਮੈਂ ਕਿਹਾ ਜੀ ਹਾਂ ਕਿ ਤੁਹਾਡੇ ਮਕਾਨ ਵਾਲੇ ਆਏ ਨੇ ਅੱਛਾ ਉਹ ਚਾਹਦੇ ਨੇ ਮਕਾਨ ਲੈ ਜਾ ਤੇ ਮੈਂ ਕਿਹਾ ਜੀ ਠੀਕ ਹੈ ਮਕਰ ਜਾ ਕੇ ਗੱਲ ਕੀਤੀ ਤੇ ਉਹਨਾਂ ਦੇ ਨਾਲ ਚ ਮੇਰੇ ਇੱਕ ਬੂਆ ਦੀ ਫੈਮਲੀ ਐਸ ਇਕੱਠੀ ਸੀ ਕਿਤੇ ਸਾਨੂੰ ਬੂਆ ਜੀ ਅਲੱਗ ਕੀਤਾ ਹੀ ਨਹੀਂ ਤੇ ਬੂਆ ਜੀ ਦੇ ਲੜਕੇ ਬੈਂਕਾਕ ਹੁੰਦੇ ਸਨ ਉਹ ਆਏ ਸਨ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਉਹ ਕਹਿੰਦੇ ਬੁਲਾਓ ਨਾ ਹਾਂ ਉਹ ਬੁਲਾਓ ਫਿਰ ਉਹ ਜਿੰਨੇ ਦਿਨ ਦੇ ਘਾਰੀ ਦੇ ਉੱਥੇ ਰੋਟੀ ਰੱਟੀ ਖਾਧੀ ਫਿਰ ਉਹਨਾਂ ਨਾਲ ਇਹਦੀ ਖਤਰਤ ਬਹੁਤ ਜਲਦੀ ਸੀ ਕੀ ਬਾਤ ਹੈ ਰਫੀ ਤੇ ਸ਼ਫੀ ਨਾਲ ਅਹ ਰਫੀ ਸ਼ਫੀ ਫਿਰ ਉਹ ਇੱਕ ਦਫਾ ਉਹਨਾਂ ਦੀ ਚਿੱਠੀ ਆਈ ਕਿ ਤੁਹਾਡੀਆਂ ਗੱਲਾਂ ਅਸੀਂ ਆਪਣੇ ਮਾਪਿਓ ਨਾਲ ਕਰੀ ਦੀ ਹੈ ਤੇ ਉਹ ਕਹਿੰਦੇ ਨੇ ਕਿ ਵਸ ਇੱਕ ਦਫਾ ਉਹਨਾਂ ਨੂੰ ਬੁਲਾ ਲੈ ਨਹੀਂ ਬਾਬੂ ਜੀ ਤੁਸੀਂ ਜਾਓ ਤੁਹਾਨੂੰ ਜਾਣਾ ਚਾਹੀਦਾ ਹੈ ਉਸ ਲਿਹਾਜ਼ ਨਾਲ ਵੀ ਜਾਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੇ ਸਾਡੇ ਨਾਲ ਚੰਗਾ ਕੀਤਾ ਉਹਨਾਂ ਦਾ ਥੈਂਕਸ ਕਰਨਾ ਹੈ ਤੇ ਜਿਨ੍ਹਾਂ ਜਗ੍ਹਾ ਤੇ ਤੁਸੀਂ ਜੰਮੇ ਪੱਲੇ ਉਹ ਜਗ੍ਹਾ ਨੂੰ ਜ਼ਰਾ ਇਨਕੁਆਰੀ ਜ਼ਰੂਰ ਦੇਖ ਕੇ ਆਓ ਮੈਂ ਤੇ ਉੱਥੇ ਦੇ ਲੋਕਾਂ ਨੂੰ ਅਡੋਸ-ਪਡੋਸ ਦੇ ਵਿੱਚ ਵੀ ਜਿਹੜੇ ਚਾਹੇ ਮੁਹੰਮਦਨੀ ਹਾਂਜੀ ਹਾਂਜੀ ਉਹ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਬਹੁਤ-ਬਹੁਤ ਸਲਾਮ ਭੇਜਣਾ ਔਰ ਈਸ਼ਵਰ ਅਗੇ ਦੁਆ ਕਰਨਾ ਕਿ ਦੇ ਉਹ ਸਾਰੇ ਖੁਸ਼ ਰਹਿਣ ਸੁਖੀ ਰਹਿਣ ਔਰ ਬਿਨਾਂ ਮੇਲ ਮਿਲਾਪ ਹਮ ਲੋਕਾਂ ਦਾ ਚਾਹੇ ਉਹ ਪਾਕਿਸਤਾਨ 'ਚ ਰਹਿੰਦੇ ਜਾਂ ਇੰਡੀਆ 'ਚ ਰਹਿੰਦੇ ਹਮ ਉਹਨਾਂ ਦੇ ਦਿਲ ਤੜਫਦੇ ਆਪਸੇ ਮਿਲਣ ਲੇਕਿਨ ਗਵਰਨਮੈਂਟ 'ਸੇ ਆਪਣੇ ਜਿਹੜੇ ਰਿਲੇਸ਼ਨ ਉਹ ਠੀਕ ਨਹੀਂ ਹੈ ਉਹ ਠੀਕ ਕਰਨ ਤੇ ਸਾਡਾ ਆਣਾ ਜਾਣਾ ਹੈ ਇਸ ਤਨਾ ਹੋਵੇ ਕਿ ਪਾਸਪੋਰਟ ਵੀਜ਼ਾ ਵੀ ਲਗਵਾ ਦੇਣੀ ਜ਼ਰੂਰਤ ਨਾ ਹੋਵੇ ਇਸ ਤਨਾ ਹੋਵੇ ਲੋ ਜੀ ਐਸੀ ਦੀ ਸਾਈਡੀ ਕਹਾਣੀ ਬਾਕੀ ਮੈਂ ਹੋਰ ਕੁਝ ਨਹੀਂ ਬੋਲਣਾ ਚਾਹੁੰਦਾ ਕੁਝ ਵੀ ਨਹੀਂ ਬੋਲਣਾ ਚਾਹੁੰਦਾ ਸ਼ੁਕਰੀਆ